ਇੱਕ ਵਾਰੀ ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ ਉਸ ਫਿਲਮ ਦੇ ਵਿੱਚ ਜੋ ਘੋੜੀਆਂ ਵਰਤੀਆਂ ਗਈਆਂ ਨੇ ਇਹ ਘੋੜੀਆਂ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਇੱਕ ਸਟੱਡ ਫਾਰਮ ਤੋਂ ਵਰਤੀਆਂ ਗਈਆਂ ਨੇ ਇਹ ਉਹ ਤਸਵੀਰ ਹੈ ਘੋੜੀਆਂ ਦੀ ਜੋ ਘੋੜੀਆਂ ਐਮੀ ਵਿਰਕ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਐਕਟਰ ਸੀ ਉਹਨਾਂ ਦੇ ਵੱਲੋਂ ਵਰਤੀਆਂ ਗਈਆਂ ਨੇ ਜਦੋਂ ਮੀਟਿੰਗ ਕੀਤੀ ਉਹਨਾਂ ਨੇ ਪ੍ਰੋਪਰ ਮੈਨੂੰ ਦੱਸਿਆ ਕਿ ਅਸੀਂ ਇੱਕ ਬਹੁਤ ਵੱਡੀ ਫਿਲਮ ਕਰ ਰਹੇ ਹਾਂ ਤੇ ਇਹ ਪੰਜਾਬ ਦੇ ਰੋਬਿਨ ਹੁੱਡ ਜਿਹੜੀ ਆ ਉਹ ਜੁਣਾ ਮੋੜ ਦੀ ਕਹਾਣੀ ਹੈ ਤੁਸੀਂ ਦੇਖਦੇ ਹੋਵੋਗੇ ਅਸੀਂ ਉਹ ਫੌਜੀ ਟੈਂਟ ਲਾਉਣੇ ਆ ਫੌਜੀਆ ਵਾਲੇ ਹਰੇ ਟੈਂਟ ਹੁੰਦੇ ਮਜ਼ਬੂਤ ਫਿਰ ਉਹ ਅਸੀਂ ਲੈ ਕੇ ਗਏ ਜੀ ਦੋ ਟੈਂਟ ਅਸੀਂ ਆਪਦੇ ਖਰੀਦੇ ਅਸੀਂ ਉੱਥੇ ਲਾਏ ਫਿਰ ਟੈਂਟਾਂ ਦੇ ਵਿੱਚ ਮੈਂ ਤੁਹਾਨੂੰ ਸ਼ਾਰਟ ਕੁਝ ਦਿਖਾ ਦਾਂਗਾ ਤੁਸੀਂ ਦੇਖਾ ਸਕਦੇ ਹੋ ਕਿ ਕਿਵੇਂ ਅਸੀਂ ਟੈਂਟਾਂ ਦੇ ਵਿੱਚ ਘੋੜੀਆਂ ਉੱਥੇ ਰੱਖੀਆਂ ਨਾਰ ਹੈ ਡੋਕਰ ਵਿਕਰਮਜੀਤ ਵਰਕ ਭਾਜੀ ਉਹ ਨਵਾਰੇ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਉਹਨਾਂ ਦੀ ਹਾਈਟ 6.5 ਫੁੱਟ ਹੈ ਅੱਛਾ ਤੇ ਕਹਿੰਦੇ ਇਹ ਨਾ ਹੋਵੇ ਕਿ ਕੋਈ ਘੋੜੀ ਛੋਟੀ ਹੋਵੇ ਤੇ ਉਹ ਵਰਕ ਭਾਜੀ ਘੋੜੀ ਦੇ ਬੈੰਦ ਨਾਲ ਲੱਤਾਂ ਥੱਲੇ ਲੱਗ ਜਾਣ ਬਿਲਕੁਲ ਜੀ ਅਸੀਂ ਵੀ ਘੋੜ ਸਵਾਰੀ ਵੀ ਕੀਤੀ ਆ ਫਿਰ ਮੈਂ ਉਹਦੇ ਵਿੱਚ ਮੇਰੇ ਤੁਸੀਂ ਫਿਲਮ ਦੇਖੋਗੇ ਗੋਲੀਆਂ ਵੀ ਚਲਾਈਆਂ ਨੇ ਅਸੀਂ ਤੇ ਉਹਦੇ ਵਿੱਚ ਇਹ ਘੋੜੀਆਂ ਸੀ ਰਿਪੀਟ ਵੀ ਕਰਦੇ ਸੀਗੇ ਕਿਉਂਕਿ 12 15 ਡਾਕੂ ਸੀ 12 15 ਪੁਲਿਸ ਵਾਲੇ ਸੀ ਫਿਰ ਘੋੜੀਆਂ ਉਹੀ ਜਦੋਂ ਡਾਕੂ ਦੇ ਸੀਨ ਸੀ ਉਧਰ ਵਰਤ ਲਈਦੀਆਂ ਸੀ ਜਦੋਂ ਪੁਲਿਸ ਵਾਲਿਆਂ ਦੇ ਸੀਨ ਸੀ ਉਹ ਘੋੜੀਆਂ ਇੱਧਰ ਵੀ ਵਰਤ ਲਈਦੀ ਹਾਂ ਉਹਦੇ ਵਿੱਚ ਸਾਡੇ ਜਿਹੜੇ ਅੰਗਰੇਜ਼ ਅਫਸਰ ਸੀਗੇ ਜੀ ਹਟਨ ਸਾਹਿਬ ਤੇ ਉਹਦਾ ਰੋਲ ਕੀਤਾ ਜੀ ਅਮੀਕ ਬਿਰਕ ਬਾਈ ਦੇ ਨੇ ਤੇ ਉਹਨਾਂ ਨੇ ਅੰਗਰੇਜ਼ ਅਫਸਰ ਦਾ ਅਸੀਂ ਉਹਨਾਂ ਦੀ ਆਰਥਮੀ ਹੈ ਜਿਹੜੇ ਕਿ ਡਾਕੂ ਨੂੰ ਫੜਨ ਵਾਸਤੇ ਉਹਨਾਂ ਦੇ ਛਾਪਾ ਮਾਰੀ ਕਰਦੇ ਆ ਪਿੰਡਾਂ 'ਚ ਜਾਂਦੇ ਆ ਤੋਂ ਇਸ ਫਿਲਮ ਨੇ ਜਦੋਂ ਕੰਮ ਕੀਤਾ ਕੁੜੀਆਂ ਪਹਿਲੀ ਵਾਰ ਗਈਆਂ ਦੋ ਦੋ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਪਰ ਜਿੱਦਾਂ ਜਿੱਦਾਂ ਸ਼ੂਟਿੰਗ ਚੱਲਦੀ ਰਹੀ ਫਿਰ ਘੋੜਿਆਂ ਨੂੰ ਵੀ ਪਤਾ ਲੱਗ ਗਿਆ ਫਿਰ ਜਿੱਥੇ ਕਹਿੰਦਾ ਸੀ ਰੁਕ ਜਾ ਉਥੇ ਰੁੱਕ ਜਾਂਦੀਆਂ ਸੀ ਜਦੋਂ ਕਹਿੰਦਾ ਸੀ ਭੱਜ ਲੈ ਫਿਰ ਭੱਜ ਲੈ ਐਮੀ ਵਿਰਕ ਦੀ ਮੌੜ ਫਿਲਮ ਇਸ ਵੇਲੇ ਪੰਜਾਬ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿਉਂਕਿ ਇਸ ਫਿਲਮ ਦੇ ਵਿੱਚ ਕਾਫੀ ਪਿੰਡੂ ਕਲਚਰ ਪੰਜਾਬ ਦਾ ਕਲਚਰ ਦਿਖਾਇਆ ਗਿਆ ਖਾਸ ਕਰਕੇ ਇਸ ਵੀ ਫਿਲਮ ਦੇ ਵਿੱਚ ਵੱਧ ਤੋਂ ਵੱਧ ਘੋੜੀਆਂ ਇਸਤੇਮਾਲ ਕੀਤੀਆਂ ਗਈਆਂ ਨੇ ਬੀਤੇ ਕੱਲ ਮਸ਼ਹੂਰ ਗਾਇਕ ਅਤੇ ਫਿਲਮੀ ਐਕਟਰ ਐਮੀ ਵਿਰਕ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਆਮ ਲੋਕਾਂ ਦੇ ਨਾਲੇ ਫਿਲਮ ਦਾ ਆਨੰਦ ਮਾਣਿਆ ਇੱਕ ਵਾਰੀ ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ ਉਸ ਫਿਲਮ ਦੇ ਵਿੱਚ ਜੋ ਘੋੜੀਆਂ ਵਰਤੀਆਂ ਗਈਆਂ ਨੇ ਇਹ ਘੋੜੀਆਂ ਅੰਮ੍ਰਿਤਸਰ ਦੇ ਤਹਿਸੀਲ ਅਜਨਾਲਾ ਦੇ ਇੱਕ ਸਟੱਡ ਫਾਰਮ ਤੋਂ ਵਰਤੀਆਂ ਗਈਆਂ ਨੇ ਇਹ ਉਹ ਤਸਵੀਰ ਹੈ ਘੋੜੀਆਂ ਦੀ ਜੋ ਘੋੜੀਆਂ ਐਮੀ ਵਿਰਕ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਐਕਟਰ ਸੀ ਉਹਨਾਂ ਦੇ ਵੱਲੋਂ ਵਰਤੀਆਂ ਗਈਆਂ ਨੇ ਤਾਂ ਇਹ ਘੋੜੀਆਂ ਦਾ ਪ੍ਰਬੰਧ ਜਿਹੜਾ ਸੀ ਇੱਕ ਹੋਰ ਅਦਾਕਾਰ ਨੇ ਜੋ ਕਾਫੀ ਵਕਫਕ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਮੈਂ ਗੱਲ ਕਰ ਰਿਹਾ ਗੁਰਦੇਵ ਸਿੰਘ ਹੁਣਾਂ ਦੀ ਗੁਰਦੇਵ ਸਿੰਘ ਪਹਿਲਾਂ ਵੀ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ ਗੁਰਦੇਵ ਸਿੰਘ ਸਾਡੇ ਨਾਲ ਨੇ ਗੁਰਦੇਵ ਸਿੰਘ ਜੀ ਸਵਾਗਤ ਕਰਦੇ ਜੀ ਤੁਹਾਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਜੀ ਜਿਵੇਂ ਮੈਂ ਆਪਣੇ ਦਰਸ਼ਕਾਂ ਦਾ ਜ਼ਿਕਰ ਕੀਤਾ ਕਿ ਕੱਲ ਐਮੀਵਰਕ ਪਹੁੰਚਦੇ ਨੇ ਆਮ ਲੋਕਾਂ ਦੇ ਨਾਲ ਫਿਲਮ ਬੰਦੇ ਨੇ ਜੀ ਕੋੜੀਆਂ ਉਹਦੇ ਵਿੱਚ ਕਾਫੀ ਵਰਤੀਆਂ ਗਈਆਂ ਦੇਖਿਆ ਮੈਂ ਤੇ ਖਾਸ ਕਰਕੇ ਪਤਾ ਲੱਗਾ ਸੀ ਉਹ ਘੋੜੀਆਂ ਸਾਰੀਆਂ ਤੁਸੀਂ ਪ੍ਰੋਵਾਈਡ ਕਰਾਈਆਂ ਸੀ ਹਾਂਜੀ ਕਿਵੇਂ ਆਫਰ ਆਈ ਤੁਹਾਨੂੰ ਕਿਉਂਕਿ ਆਲ ਮੋਸਟ ਦਾ ਤੁਸੀਂ ਫਿਲਮਾਂ 'ਚ ਕੰਮ ਕਰਦੇ ਹੋ ਘੋੜੀਆਂ ਦਾ ਕਿਵੇਂ ਰੇਜ਼ ਕੀਤਾ ਸਾਰਾ ਕੁਝ ਕਿਵੇਂ ਘੋੜੀਆਂ ਫਿਲਮ ਦੇ ਵਿੱਚ ਖੜੀਆਂ ਹਾਂਜੀ ਮਾਲਾ ਸਾਹਿਬ ਜਿਵੇਂ ਤੁਸੀਂ ਦੱਸਿਆ ਦੋਸਤਾਂ ਨੂੰ ਕਿ ਮੈਂ ਕਾਫੀ ਸਮੇਂ ਤੋਂ ਜਿਹੜਾ ਵਾ ਐਜ਼ ਅ ਆਰਟਿਸਟ ਕੰਮ ਕਰ ਰਿਹਾ ਫਿਲਮਾਂ ਦੇ ਵਿੱਚ ਕਿਉਂਕਿ ਮੈਨੂੰ 12 14 ਸਾਲ ਹੋ ਗਏ ਨੇ ਇੰਡਸਟਰੀ ਨਾਲ ਜੁੜੇ ਹੋਏ ਤੇ ਘੋੜੀਆਂ ਦੇ ਨਾਲ ਜੁੜੇ ਹੋਏ ਵੀ ਲਗਭਗ 10 ਸਾਲ ਹੋ ਹੀ ਗਏ ਆ ਤੇ ਬਹੁਤ ਸਾਰੇ ਡਾਇਰੈਕਟਰਸ ਬਹੁਤ ਸਾਰੇ ਐਕਟਰਸ ਜਿਹੜੇ ਮੇਰੇ ਨਾਲ ਫੇਸਬੁੱਕ ਤੇ ਵੀ ਫਰੈਂਡ ਨੇ ਤੇ ਇੱਕ ਆਪਣੇ ਡਾਇਰੈਕਟਰ ਨੇ ਜੀ ਡਾਇਰੈਕਟਰ ਜਨਜੋਤ ਸਿੰਘ ਜੀ ਹੂੰ ਉਹ ਵੀ ਰਿਦਮ ਬॉयਜ਼ ਦੀ ਟੀਮ ਦੇ ਨਾਲ ਨੇ ਤੇ ਉਹਨਾਂ ਰਿਦਮ ਬॉयਜ਼ ਨਾਲ ਪਹਿਲੇ ਬਹੁਤ ਫਿਲਮਾਂ ਬਣਾਈਆਂ ਤੇ ਡਾਇਰੈਕਟਰ ਜਨਜੋਤ ਸਿੰਘ ਹੋਣਾ ਨੇ ਮੈਨੂੰ ਕੰਟੈਕਟ ਕੀਤਾ ਮੈਨੂੰ ਫੋਨ ਕੀਤਾ ਕਿ ਗੁਰਦੇਵ ਵੀਰੇ ਆਪਾਂ ਨੂੰ ਤੁਹਾਡੀਆਂ ਕੁੜੀਆਂ ਚਾਹੀਦੀਆਂ ਨੇ ਕਿ ਤੁਸੀਂ ਫਿਲਮ ਵਾਸਤੇ ਦਿਓਗੇ ਤੇ ਫਿਰ ਮੈਂ ਜਿਹੜਾ ਬਿਲਕੁਲ ਉਹਨਾਂ ਦੇ ਆਫਿਸ ਰਿਦਮ ਬॉयਜ਼ ਦੇ ਆਫਿਸ ਮਿਲਣ ਗਿਆ ਕਾਰਜਗਿਲ ਭਾਜੀ ਨਾਲ ਮੇਰੀ ਮੀਟਿੰਗ ਹੋਈ ਜਰਨੈਲ ਸਿੰਘ ਭਾਜੀ ਨਾਲ ਮੇਰੀ ਮੀਟਿੰਗ ਹੋਈ ਤੇ ਉਹ ਤਾਂ ਸਹਿਰਾ ਜਾਂਦਾ ਜੀ ਡਾਇਰੈਕਟਰ ਜਨਜੋਤ ਸਿੰਘ ਹੋਣਾ ਨੂੰ ਕਿਉਂਕਿ ਉਹ ਹਮੇਸ਼ਾ ਮੇਰੇ ਵਟਸਐਪ ਸਟੇਟਸ ਤੇ ਫੇਸਬੁੱਕ ਤੇ ਮੈਨੂੰ ਦੇਖਦੇ ਸੀਗੇ ਮੇਰੇ ਫਿਰ ਜਦੋਂ ਮੀਟਿੰਗ ਕੀਤੀ ਉਹਨਾਂ ਨੇ ਪ੍ਰੋਪਰ ਮੈਨੂੰ ਦੱਸਿਆ ਕਿ ਅਸੀਂ ਇੱਕ ਬਹੁਤ ਵੱਡੀ ਫਿਲਮ ਕਰ ਰਹੇ ਹਾਂ ਤੇ ਇਹ ਪੰਜਾਬ ਦੇ ਰੋਬਿਨ ਹੁੱਡ ਜਿਹੜੀ ਆ ਉਹ ਜੂਣਾ ਮੋੜ ਦੀ ਕਹਾਣੀ ਹੈ ਤੇ ਮੈਨੂੰ ਖੁਦ ਖੁਸ਼ੀ ਹੋਈ ਸੁਣ ਕੇ ਵੀ ਚਲੋ ਮੈਨੂੰ ਉਸ ਫਿਲਮ ਦੇ ਵਿੱਚ ਜਿਹੜਾ ਵਾ ਕੰਮ ਕਰਨ ਦਾ ਮੌਕਾ ਮਿਲ ਰਿਹਾ ਤੇ ਫਿਰ ਆਪਾਂ ਉਹਨਾਂ ਨੇ ਜਿਵੇਂ ਦੱਸਿਆ ਕਿ ਸਾਨੂੰ 12 ਤੋਂ 14 ਕੁੜੀਆਂ ਚਾਹੀਦੀਆਂ ਨੇ ਫਿਰ ਸਾਰੀਆਂ ਕੁੜੀਆਂ ਆਪਾਂ ਉੱਥੇ ਲੈ ਕੇ ਗਏ ਜੀ Rajasthan ਚ ਸ਼ੂਟ ਹੋਈ ਹੈ ਫਿਲਮ ਅੱਛਾ ਗੰਗਾ ਨਗਰ ਦੇ ਕੋਲ ਹੈ ਸੂਰਤਗੜ੍ਹ ਸੂਰਤਗੜ ਦੇ ਟਿੱਬਿਆਂ ਤੇ ਰੇਤ ਦੇ ਵਿੱਚ ਸਾਰੀ ਫਿਲਮ ਸ਼ੂਟ ਹੋਈ ਹੈ ਤਾਂ ਗਰਦੇਵ ਜੀ ਘੋੜੀਆਂ ਉੱਥੇ ਰਾਜਸਥਾਨ ਲੈ ਕੇ ਜਾਣਾ ਬੜਾ ਔਖਾ ਹੁੰਦਾ ਇੰਨੀਆਂ 12-13 ਘੋੜੀਆਂ ਕਿਵੇਂ ਖੜੀਆਂ ਕਿਵੇਂ ਰੇਸ ਕੀਤਾ ਸਾਰਾ ਹਾਂਜੀ ਮੁਸ਼ਕਲ ਤਾਂ ਬਹੁਤ ਹੈ ਜੀ ਦੇਖੋ ਜਾਨਵਰ ਹੈ ਇਹਨੂੰ ਇੰਡੀ ਦੂਰ ਸਫਰ ਕਰਨਾ ਇੱਥੋਂ ਸਾਡਾ ਲਗਭਗ ਘੋੜੀਆਂ ਦਾ ਟਰੈਵਲਿੰਗ ਦਾ ਸਾਨੂੰ 9 ਘੰਟੇ ਲੱਗੇ ਸੀਗੇ ਸਫਰ ਕਰਦੇ ਜੀ 9 ਘੰਟੇ ਫਿਰ ਟਰੱਕ ਅਸੀਂ ਬੁੱਕ ਕੀਤਾ ਵੱਡੇ ਟਰੱਕ ਦੇ ਵਿੱਚ ਲੋਡ ਕੀਤੀਆਂ ਇੱਥੋਂ ਲੈ ਕੇ ਗਏ ਫਿਰ ਮੇਰੇ ਕੋਈ ਦੋਸਤ ਨੇ ਮੁਖਸਰ ਤੋਂ ਉਹਨਾਂ ਦੇ ਫਾਰਮ ਤੋਂ ਵੀ ਮੈਂ 5-6 ਘੋੜੀਆਂ ਲਈਆਂ ਲਗਭਗ ਜੀ 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 ਲਗਭਗ ਕਿੰਨੀਆਂ ਕ ਘੋੜੀਆਂ ਇਸ ਫਿਲਮ ਦੇ ਵਿੱਚ ਵਰਤੀਆਂ ਗਈਆਂ ਨੇ ਇਹਦੇ ਵਿੱਚ ਘੋੜੀਆਂ ਟੋਟਲ ਕੋਈ 20 ਘੋੜੀਆਂ ਉਹਨਾਂ ਨੇ ਵਰਤੀਆਂ ਜੀ ਪੂਰੀ ਫਿਲਮ ਚ ਤੇ ਉਹਦੇ ਚ 12 ਤੋਂ 14 ਘੋੜੀਆਂ ਮੇਰੀਆਂ ਸੀ ਬਾਕੀ ਕੁਝ 2-4 ਲੋਕਲ ਵੀ ਘੋੜੀਆਂ ਅਰੇਂਜ ਕੀਤੀਆਂ ਗਈਆਂ ਨੇ ਜੀ ਜਿਵੇਂ ਤੁਸੀਂ ਦੱਸਿਆ ਕਿ ਫਿਰ ਰਾਜਸਥਾਨ ਕਿਵੇਂ ਦੋਸਤੀਆਂ ਕੁਝ ਘੋੜੀਆਂ ਖੜੀਆਂ ਫਿਰ ਕਿਵੇਂ ਉੱਥੇ ਇਹਨਾਂ ਦਾ ਕਿਉਂ ਮੀਂਹ ਕਣੀ ਹਰ ਤਰ੍ਹਾਂ ਦਾ ਮੌਸਮ ਉੱਥੇ ਵੇਖਣਾ ਪੈਂਦਾ ਜਾਨਵਰਾਂ ਵਾਸਤੇ ਬਹੁਤ ਕੁਛ ਜੀ ਦੇਖੋ ਘਰਾਂ ਦੇ ਵਿੱਚ ਤਾਂ ਸਾਡੇ ਪੱਕੇ ਕਮਰੇ ਬਣੇ ਹੁੰਦੇ ਆ ਤੁਸੀਂ ਵੇ ਫਿਲਮ ਵਾਸਤੇ ਉੱਥੇ ਰੇਤ ਸੀ ਕੱਚੇ ਸੀ ਘਰਾਂ ਚ ਘੋੜੀਆਂ ਰੱਖ ਨਹੀਂ ਸਕਦੇ ਇੰਨੀਆਂ ਘੋੜੀਆਂ ਰੱਖਣੀ ਆ ਕਿਸੇ ਕੋਲ ਫਾਰਮ ਨਹੀਂ ਹੁੰਦਾ ਫਿਰ ਅਸੀਂ ਸਾਡੀਆਂ ਘੋੜਿਆਂ ਦੀ ਮੰਡੀਆਂ ਚ ਦੋਸਤੋ ਜਾਣਦੇ ਤੁਸੀਂ ਦੇਖਦੇ ਹੋਵੋਗੇ ਅਸੀਂ ਉਹ ਫੌਜੀ ਟੈਂਟ ਲਾਉਨੇ ਆ ਫੌਜੀਆ ਵਾਲੇ ਹਰੇ ਟੈਂਟ ਹੁੰਦੇ ਮਜ਼ਬੂਤ ਫਿਰ ਉਹ ਅਸੀਂ ਲੈ ਕੇ ਗਏ ਜੀ ਦੋ ਟੈਂਟ ਸਿਆਪ ਦੇ ਖਰੀਦੇ ਅਸੀਂ ਉੱਥੇ ਲਾਏ ਫਿਰ ਟੈਂਟਾਂ ਦੇ ਵਿੱਚ ਮੈਂ ਤੁਹਾਨੂੰ ਸ਼ਾਰਟ ਕੁਝ ਦਿਖਾ ਦਾਂਗਾ ਤੁਸੀਂ ਦਿਖਾ ਸਕਦੇ ਹੋ ਕਿ ਕਿਵੇਂ ਅਸੀਂ ਟੈਂਟਾਂ ਦੇ ਵਿੱਚ ਘੋੜੀਆਂ ਉੱਥੇ ਰੱਖੀਆਂ ਤੇ ਘੋੜੀਆਂ ਸਰਦੀ ਦਾ ਮੌਸਮ ਸੀ ਜ ਨਵੰਬਰ ਚ ਆਪਾਂ ਗਏ ਆ ਤੇ ਦਸੰਬਰ ਜਨਵਰੀ ਦੇ ਵਿੱਚ ਜਿਹੜਾ ਵਾ ਉਹ ਪੂਰੀ ਫੁੱਲ ਸਰਦੀ ਹੋ ਗਈ ਅਮਰਸਰ ਏਰੀਆ ਚ ਆਪਾਂ ਇੱਥੇ ਦੇਖਦੇ ਆ ਵੀ ਇੱਥੇ ਮੌਸਮ ਜਿਹੜਾ ਧੁੰਦ ਵਾਲਾ ਹੁੰਦਾ ਪਰ ਇਹ ਨਹੀਂ ਸੀ ਪਤਾ ਵੀ ਰਾਜਸਥਾਨ ਚ ਵੀ ਧੁੰਦ ਪੈਂਦੀ ਹੈ ਤੇ ਮੈਂ ਤਾਂ ਰਾਜਸਥਾਨ ਦੀ ਧੁੰਦ ਪਹਿਲੀ ਵਾਰੀ ਵੇਖੀ ਹੈ ਜੀ ਅੱਛਾ ਇੰਨੀ ਜਿਆਦਾ ਸੰਘਣੀ ਹੋ ਜਾਂਦੀ ਸੀ ਵੀ ਹਫਤਾ ਹਫਤਾ ਫਿਲਮ ਨੂੰ ਸ਼ੂਟਿੰਗ ਵੀ ਰੋਕਣੀ ਪਈ ਜੀ ਪਰ ਠੰਡ ਦੇ ਵਿੱਚ ਆਪਾਂ ਉੱਥੇ ਘੋੜੀਆਂ ਰੱਖੀਆਂ ਇਹਨਾਂ ਨਾਲ ਉੱਥੇ ਰੱਖਣਾ ਸਾਂਭ ਸੰਭਾਲ ਕਰਨੀ ਆਪ ਵੀ ਅਸੀਂ ਉੱਥੇ ਰਹੇ ਆਪਣੇ ਘਰ ਛੱਡ ਕੇ ਮੈਂ ਤੇ ਮੇਰੇ ਨਾਲ ਵੱਡੇ ਵੀਰ ਜੀ ਬਲਜੀਤ ਸ਼ਾਹ ਜੀ ਅਸੀਂ ਦੋਨੇ ਭਰਾ ਉੱਥੇ ਰਹੇ ਹਾਂ ਹਮ ਕਦੀ ਕਦੀ ਘਰ ਆਉਣਾ ਪੈਂਦਾ ਸੀ ਫਿਰ ਅਸੀਂ ਵਾਰੀ ਵਾਰ ਜਿਹੜਾ ਵਾ ਮਤਲਬ ਤੁਸੀਂ ਕਹ ਲਓ ਵੀ ਸਾਨੂੰ 65 ਤੋਂ 70 ਦਿਨ ਉੱਥੇ ਲੱਗੇ ਜੀ 650 70 ਦਿਨ ਤੱਕ ਜਿਹੜੀਆਂ ਘੋੜੀਆਂ ਤੁਸੀਂ 12 13 ਰਖੜੀਆਂ ਉੱਥੇ ਰੱਖੀਆਂ ਕਿ ਜਾਂ ਵਾਪਸ ਵੀ ਲੈ ਆਉਂਦੇ ਸੀ ਨਹੀਂ ਨਹੀਂ ਘੋੜੀਆਂ ਉੱਥੇ ਨੇ ਜੀ 65 ਤੋਂ 70 ਦਿਨ ਜਿਵੇਂ ਗੱਲ ਕਰਾਂ ਕੱਲ ਐਮ ਵੀਰਕ ਸਾਡੇ ਨਾਲ ਉਥੇ ਫਿਲਮ ਦੇਖ ਰਹੇ ਸੀ ਤੇ ਉਹਦੇ ਫਿਲਮ ਦੇ ਵਿੱਚ ਦੇਖਿਆ ਇੱਕ ਬਲੈਕ ਘੋੜੀ ਸੀ ਜਿਹੜੀ ਐਮ ਵੀਰਕ ਉੱਥੇ ਬੈਠ ਕੇ ਆਉਂਦੇ ਜਾਂਦੇ ਸੀ ਕਿਤੇ ਦੂਜੇ ਪਾਸੇ ਇੱਕ ਡੋਗਰ ਜਿਹੜੀ ਮੁੱਖ ਘੋੜੀ ਹੈਗੀ ਸੀ ਡੋਗਰ ਦੀ ਸੀਗੀ ਤੇ ਡੋਗਰ ਵੀ ਉਹ ਵੱਡੀ ਘੋੜੀ ਸੀ ਉਹ ਕਿਹੜੀ ਕਿਹੜੀ ਘੋੜੀ ਸਾਡੇ ਦਰਸ਼ਕਾਂ ਦੱਸੋ ਜੀ ਬਿਲਕੁਲ ਜੀ ਬਿਲਕੁਲ ਮੈਨੂੰ ਕਾਰਜਗਿਲ ਭਾਜੀ ਨੇ ਜਿਵੇਂ ਦੱਸਿਆ ਸੀਗਾ ਕਿ ਸਾ ਅੱਛਾ ਤੇ ਕਹਿੰਦੇ ਇਹ ਨਾ ਹੋਵੇ ਕਿ ਕੋਈ ਘੋੜੀ ਛੋਟੀ ਹੋਵੇ ਤੇ ਉਹ ਵਿਰਖ ਭਾਜੀ ਘੋੜੀ ਦੇ ਬਹਿਨ ਤੇ ਮਾਂ ਦੀ ਲੱਤਾਂ ਥੱਲੇ ਲੱਗ ਜਾਣ। ਹਾਂ ਫਿਰ ਆਪਣੇ ਕੋਲ ਇੱਕ ਬਹੁਤ ਵੱਡੇ ਕੱਦ ਦੀ ਘੋੜੀ ਹੈ ਜੀ ਇਹ। ਇਹ ਸਾਰੇ ਦੋਸਤ ਜਾਣਦੇ ਜੀ ਇਹ ਪੰਜਾਬ ਦੀ ਨਸਲ ਦੀ ਦੇਸੀ ਘੋੜੀ ਤੇ ਪੁਰਾਣੀ ਨਸਲ ਹੈ। ਕਿਉਂਕਿ ਘੋੜਿਆਂ ਦੇ ਵਿੱਚ ਵੀ ਨਸਲਾਂ ਨੇ ਤੇ ਬਹੁਤ ਸਾਰੀਆਂ ਨਸਲਾਂ ਆ ਲੋਪ ਹੋ ਗਈਆਂ ਨੇ। ਇਹ ਸਾਡੇ ਪੰਜਾਬ ਦੀ ਦੇਸੀ ਨਸਲ ਦੀ ਘੋੜੀ ਹੈ ਤੁਸੀਂ ਇਹਦਾ ਕੱਦ ਵੇਖ ਸਕਦੇ ਹੋ। ਵੀ ਸਾਡੇ 6 ਫੁੱਟ ਦਾ ਬੰਦਾ ਇੱਥੇ ਬੈਠਾ ਸੀ ਜਦੋਂ ਡੋਗਰ ਰੁਈਆਂ ਚਾਉਂਦਾ ਹੈ। ਉਹ ਡਾਇਲੌਗ ਬੋਲਦਾ ਨਾ ਕਿ ਡੋਗਰ ਹੁਣ ਆਪ ਰੋਈਆਂ ਚ ਆ ਗਿਆ ਤੇ ਇਸ ਕੁੜੀ ਤੇ ਮੈਂ ਤੁਹਾਨੂੰ ਕੋ ਸੀਨ ਹੈਗਾ ਕਲਿੱਪ ਮੈਂ ਦਿਨਾ ਤੁਸੀਂ ਉਹ ਦਿਖਾਓ ਕਿ ਇਸ ਕੁੜੀ ਤੇ ਡੋਗਰ ਨੇ ਤੇ ਚਤਰੇ ਨੇ ਸਟਾਰਟਿੰਗ ਦੇ ਵਿੱਚ ਜਦੋਂ ਫਿਲਮ ਸ਼ੁਰੂ ਹੁੰਦੀ ਆ ਉਹ ਸਾਗ ਤੋੜਨ ਵਾਲਾ ਸੀਨ ਹੈ ਉਤੋਂ ਬਾਅਦ ਉਹ ਸਨਾਹ ਕਿਸ਼ਨੇ ਨੂੰ ਲੈਣ ਵਾਸਤੇ ਚਤਰਾ ਜਾਂਦਾ ਤੇ ਟਿੱਬਿਆਂ ਤੇ ਇੱਕ ਚਿੱਟੀ ਕੁੜੀ ਫੁੱਲ ਭੱਜ ਕੇ ਜਾ ਰਹੀ ਹੈ ਉਹ ਇਸ ਕੁੜੀ ਦੇ ਚਤਰੇ ਨੇ ਸੀਨ ਕੀਤੇ ਆ ਜੀ ਤੇ ਡੋਗਰ ਨੇ ਵੀ ਇਹਦੇ ਉੱਤੇ ਕੀਤੇ ਨੇ ਵੀ ਇਹ ਕੋੜੀ ਸਾਡੀ ਇੱਕ ਮੇਨ ਕੋੜੀ ਹੈ ਇੱਕ ਵੇਖੋ ਹਾਈਟ ਬਹੁਤ ਵੱਡੀ ਹੈ ਤੇ ਉਹ 6.5 ਫੁੱਟ ਦਾ ਬੰਦਾ ਇੱਥੇ ਬੈਠਾ ਜੱਜ ਦਾ ਵੀ ਸੀ ਤੇ ਪ੍ਰੋਪਰ ਅਸਲੀ ਫੀਲ ਆਇਆ ਯਾਰ ਵਾਕਿਆ ਜੇ ਡੋਗਰ ਇਡਾ ਜਵਾਨ ਬੰਦਾ ਸੀ ਤਾਂ ਉਹਦੇ ਕੋਲ ਕੋੜੀ ਵੀ ਤਕੜੀ ਹੋਣੀ ਚਾਹੀਦੀ ਸੀ ਤਾਂ ਫਿਲਮ ਦੇ ਵਿੱਚ ਬੰਦਾ ਵੀ ਜਵਾਨ ਹੀ ਰਿਹਾ ਕੋੜੀ ਬੰਦਾ ਵੀ ਜਵਾਨ ਹੀ ਲਿਆ ਜੀ ਬੰਦਾ ਵੀ ਜਵਾਨ ਲਿਆ ਤੇ ਕੋੜੀ ਉਹਦੇ ਸਾਈ ਦੇ ਹਿਸਾਬ ਨਾਲ ਲਈ ਗਈ ਹੈ ਜੀ ਗਰਦੇਵ ਸਿੰਘ ਜੀ ਗੱਲ ਕਰੀ ਉਹਦੇ ਵਿੱਚ ਐਮੀ ਵਿਰਕ ਵੀ ਜਿਹੜੇ ਆ ਕੋੜੀ ਤੇ ਨਜ਼ਰ ਆਉਂਦੇ ਨੇ ਫਿਰ ਹਾਂਜੀ ਫਿਲਹਾਲ ਜਦੋਂ ਉਹਨਾਂ ਦੇ ਭਰਾ ਮਰ ਜਾਂਦੇ ਆ ਜਦੋਂ ਉਹ ਜੇਲ੍ਹ ਚ ਫ ਵਾਸਤੇ ਆਪਾਂ ਜੈਡ ਬਲੈਕ ਕੋੜੀ ਹੈ ਜੀ ਇੱਕ ਰੰਗ ਕਾਲੀ ਕੋੜੀ ਇਹ ਕਲਰ ਵੀ ਅੱਜਕੱਲ ਬਹੁਤ ਘੱਟ ਮਿਲਦਾ ਇਹਦਾ ਵੀ ਪੰਜਾਬ ਚ ਟ੍ਰੈਂਡ ਰਿਹਾ ਵੀ ਇੱਕ ਰੰਗ ਕਾਲੀਆਂ ਘੂੜੀਆਂ ਦਾ ਤੇ ਜਿਉਣੇ ਮੋੜ ਨੂੰ ਤੇ ਵੈਸੇ ਵੀ ਕਾਲੀ ਕੋੜੀ ਜਾਂਦੀ ਸੀ ਫਿਰ ਆ ਕਾਲੀ ਕੋੜੀ ਹੈ ਜੀ ਪੂਰੀ ਇੱਕ ਰੰਗ ਤੇ ਇਹ ਘੋੜੀ ਨੇ ਜੋਨੇ ਮੋੜ ਦੇ ਨਾਲ ਜਿਹੜਾ ਵਾ ਉਹ ਮੇਨ ਕੰਮ ਕੀਤਾ ਤੇ ਇਹ ਘੋੜੀ ਸੀਗੀ ਜਿਹੜੀ ਜੋਨੇ ਮੋੜ ਜਿਹੜੀ ਜੇ ਕਹਾਣੀ ਦੀ ਗੱਲ ਕਰੀਏ ਤੇ ਕਹਾਣੀ ਦੇ ਵਿੱਚ ਵੀ ਇਹ ਘੋੜੀਆਂ ਇਸੇ ਤਰ੍ਹਾਂ ਵਾਈਟ ਜਿਹੜੀਆਂ ਉਹ ਚਿੱਟੀਆਂ ਵਰਤੀਆਂ ਗਈਆਂ ਸੀ ਜਾਂ ਜਿਹੜੀ ਜੀ ਆਇਆ ਉਹੀ ਚੱਕ ਲਈ ਨਹੀਂ ਇਹਦਾ ਵੀ ਇੱਕ ਤਰੀਕਾ ਸੀਗਾ ਜੀ ਘੋੜੀਆਂ ਵਰਤਣ ਦਾ ਕਿਉਂਕਿ ਹੁਣ ਕਾਲੀ ਘੋੜੀ ਵਰਤਨੀ ਫਿਰ ਜਿਹੜੀ ਜੋਨੇ ਮੋੜ ਨੂੰ ਦਿੱਤੀ ਆ ਉਹ ਘੋੜੀ ਸਿਰਫ ਉਹਦੀ ਸੀ ਹਾਂ ਉਹ ਚਲਾ ਸਕਦਾ ਸੀਗਾ ਹੂੰ ਹਣਾ ਫਿਰ ਹੁਣ ਠੀਕ ਹੈ ਕੁਝ ਕੋੜੀਆਂ ਰਿਪੀਟ ਕੀਤੀਆਂ ਨੇ ਕਿਉਂਕਿ ਉਹ ਚ ਪੁਲਿਸ ਵਾਲੇ ਨੇ ਜਿਵੇਂ ਮੇਰਾ ਕਿਰਦਾਰ ਆ ਫਿਲਮ ਦੇ ਵਿੱਚ ਕਿ ਮੈਂ ਅੰਗਰੇਜ਼ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦਿਆਂ ਕਿ ਇਹ ਕੋੜੀਆਂ ਇਕੱਲੀਆਂ ਪ੍ਰੋਵਾਈਡ ਨਹੀਂ ਕਰਵਾਈਆਂ ਗੁਰਦੇਵ ਸਿੰਘ ਨੇ ਗੁਰਦੇਵ ਸਿੰਘ ਨੇ ਉਸ ਫਿਲਮ ਦੇ ਵਿੱਚ ਅੰਗਰੇਜ਼ ਪੁਲਿਸ ਦਾ ਕਿਰਦਾਰ ਵੀ ਜਿਹੜਾ ਉਹ ਨਭਾਇਆ ਜੀ ਗੁਰਦੇਵ ਜੀ ਜੀ ਹਾਂ ਉਹਦੇ ਵਿੱਚ ਸਾਡੇ ਜਿਹੜੇ ਅੰਗਰੇਜ਼ ਅਫਸਰ ਸੀਗੇ ਜੀ ਹਟਨ ਸਾਹਿਬ ਤੇ ਉਹਦਾ ਰੋਲ ਕੀਤਾ ਜੀ ਅਮੀਕ ਬਿਰਕ ਬਾਈਦੇ ਨੇ ਤੇ ਉਹਨਾਂ ਨੇ ਅੰਗਰੇਜ਼ ਅਫਸਰ ਦਾ ਅਸੀਂ ਉਹਨਾਂ ਦੀ ਆਰਮੀ ਹੈ ਜਿਹੜੇ ਕਿ ਡਾਕੂਆਂ ਨੂੰ ਫੜਨ ਵਾਸਤੇ ਉਹਨਾਂ ਦੇ ਛਾਪਾ ਮਾਰੀ ਕਰਦੇ ਆ ਪਿੰਡਾਂ 'ਚ ਜਾਂਦੇ ਆ ਤੇ ਅਸੀਂ ਵੀ ਘੋੜਸਵਾਰੀ ਵੀ ਕੀਤੀ ਆ ਫਿਰ ਮੈਂ ਉਹਦੇ 'ਚ ਮੇਰੇ ਤੁਸੀਂ ਫਿਲਮ ਦੇਖੋਗੇ ਗੋਲੀਆਂ ਵੀ ਚਲਾਈਆਂ ਨੇ ਅਸੀਂ ਤੇ ਉਹਦੇ ਵਿੱਚ ਇੱਕ ਘੋੜੀਆਂ ਸੀ ਰੀਪੀਟ ਵੀ ਕਰਦੇ ਸੀਗੇ ਕਿਉਂਕਿ 12 15 ڈاکੂ ਸੀ 12 15 ਪੁਲਿਸ ਵਾਲੇ ਸੀ ਫਿਰ ਘੋੜੀਆਂ ਉਹੀ ਜਦੋਂ ڈاکੋਂ ਦੇ ਸੀਨ ਸੀ ਉਧਰ ਵਰਤ ਲਈਦੀਆਂ ਸੀ ਜਦੋਂ ਪੁਲਿਸ ਵਾਲੇ ਦੇ ਸੀਨ ਸੀ ਉਹ ਘੋੜੀਆਂ ਇੱਧਰ ਵੀ ਵਰਤ ਲਈਦੀਆਂ ਸੀ ਮਤਲਬ ਜਿਹੜੀਆਂ 20 25 ਘੋੜੀਆਂ ਸੀ ਉਹ बार-बार ਉਸੇ ਜਿਹੜੇ ਅਦਾਕਾਰ ਹੈਗੇ ਸੀ ਉਹਨਾਂ ਨੂੰ ਧਮਾਕਾ ਮਾ ਕੇ ਦੇ ਦਿੱਜੀ ਕਿ ਬੰਦਾ ਉਸੇ ਡਾਇਲਿੰਗ ਦੇ ਨਾਲ ਉਸੇ ਸਿਸਟਮ ਦੇ ਨਾਲ ਸਾਥ ਲਏ ਕਿਉਂਕਿ ਘੋੜੀਆਂ ਜਦੋਂ ਪਹਿਲੀ ਵਾਰ ਗਈਆਂ ਸੀ ਇਹਨਾਂ ਨੇ ਸ਼ੂਟਿੰਗ ਕਦੀ ਨਹੀਂ ਸੀ ਵੇਖੀ ਤਾਂ ਕੈਮਰੇ ਦਾ ਵੀ ਇੱਕ ਕਾਨੂੰਨ ਹੁੰਦਾ ਬਿਲਕੁਲ ਹਣਾ ਇੱਕ ਪ੍ਰੋਪਰ ਰੂਲ ਹੈ ਵੀ ਤੁਸੀਂ ਕੈਮਰੇ ਦੇ ਅੱਗੇ ਕੰਮ ਕਰਨਾ ਹੁਣ ਇੱਕ ਕੁੜੀ ਖੜੀ ਹੈ ਹੁਣ ਪਤਾ ਵਾ ਵੀ ਅੱਜ ਕੀ ਗੱਲ ਕਰ ਰਹੀ ਸੀ ਕਿ ਕੋੜੀ ਆਪਕੇ ਦੇਖਾ ਰਹੀ ਸੀ ਜਾ ਕਿਤੇ ਵੜੀ ਹੈ ਪਰ ਉਹ ਇੱਕ ਤਰੀਕਾ ਵੀ ਕੈਮਰੇ ਫਰੇਮ ਚ ਰਹਿਣਾ ਕੰਟਰੋਲ ਚ ਰਹਿਣਾ ਜੇ ਕੁੜੀ ਭੱਜ ਕੇ ਆ ਰਹੀ ਹੈ ਉਹਨੂੰ ਰੁਕਣਾ ਵੀ ਪੈਣਾ ਸੋ ਇਸ ਫਿਲਮ ਨੇ ਜਦੋਂ ਕੰਮ ਕੀਤਾ ਕੁੜੀਆਂ ਪਹਿਲੀ ਵਾਰ ਗਈਆਂ ਦੋ ਦੋ ਇਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਪਰ ਜਿੱਦਾਂ ਜਿੱਦਾਂ ਸ਼ੂਟਿੰਗ ਚੱਲਦੀ ਰਹੀ ਫਿਰ ਕੋੜਿਆਂ ਨੂੰ ਵੀ ਪਤਾ ਲੱਗ ਗਿਆ ਫਿਰ ਜਿੱਥੇ ਕਹਿੰਦਾ ਸੀ ਰੁਕ ਜਾ ਉਥੇ ਰੁਕ ਜਾਂਦੀਆਂ ਸੀ ਜਦੋਂ ਕਹਿੰਦਾ ਸੀ ਭੱਜ ਲਾ ਫਿਰ ਭੱਜ ਲੈਂਦੀ ਸੀ ਗੁਰਦੇਵ ਜੀ ਗੱਲ ਕਰੀਏ 70 ਦਿਨ ਤੱਕ ਤੁਸੀਂ ਦੱਸਿਆ ਕਿ 70 ਦਿਨ ਉਥੇ ਫਿਲਮ ਦੇ ਵਿੱਚ ਕੋੜੀਆਂ ਨੇ ਕੰਮ ਕੀਤਾ ਅਮੇ 5 ਕਿ ਮਿੰਟ ਖਲੋਤਾ ਸੀ ਕੋੜੀ ਖੜ ਨਹੀਂ ਦਿੰਦੀ ਕੋਲ ਤੇ ਕਿਵੇਂ ਸਾਰਾ ਕੁਝ ਹੋਇਆ ਕਿਉਂਕਿ ਜੇ ਐਮੀ ਵਰਕ ਵਰਗੇ ਦੀ ਗੱਲ ਕਰੀਏ ਤਾਂ ਉਹ ਤਾਂ ਬੜਾ ਪਾਈ ਡਰਦਾ ਐਨਾ ਚੀਜ਼ਾਂ ਤੋਂ ਵੇਖਿਆ ਉਹਦਾ ਹਫ਼ਤਾ ਮੈਂ ਕੋਈ ਵੀ ਐਕਟਰ ਹੈ ਜੀ ਕੋਈ ਵੀ ਵੱਡੀ ਸੈਲੀਬ੍ਰਿਟੀ ਹੈ ਹਮੇਸ਼ਾ ਇਸ ਚੀਜ਼ ਤੋਂ ਡਰਦੇ ਨੇ ਕਿ ਕੋਈ ਏਦਾਂ ਦੀ ਅਨ ਹੈਪਨਿੰਗ ਨਾ ਹੋ ਜੇ ਕੋਈ ਸ਼ਰਤ ਲੱਗ ਜਾਏ ਹਮ ਕਛੜ ਤੋਂ ਗੱਲ ਚਾਹਤਾ ਹੈ ਕਿ ਜੀ ਕੁਲਜਿੰਦਰ ਸਿੱਧੂ ਭਾਜੀ ਇਸ ਫਿਲਮ ਚ ਜੈਮਲ ਖੜਿਆਲਿਆ ਦਾ ਰੋਲ ਕਰ ਰਿਹਾ ਹੈ ਬਿਲਕੁਲ ਬਿਲਕੁਲ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਤਕਰੀਬਨ ਕਾਰਜਗਰ ਭਾਜੀ ਪ੍ਰੋਡਿਊਸਰ ਨੇ ਫਿਲਮ ਦੇ ਉਹਨਾਂ ਨੇ ਸਾਰੇ ਆਰਟਿਸਟਾਂ ਨੂੰ ਕਿਹਾ ਸੀ ਕਿ ਪਹਿਲਾਂ ਟ੍ਰੇਨਿੰਗ ਲੈ ਕੇ ਆਓ ਕੋਰਸ ਵਾਰੀ ਸਿੱਖ ਕੇ ਆਓ ਅੱਛਾ ਤੇ ਕੁਲਜਿੰਦਰ ਸਿੱਧੂ ਭਾਜੀ ਵੀ ਰਾਈਡਿੰਗ ਸਿੱਖਣ ਗਏ ਤਾਂ ਉੱਥੇ ਉਹ ਐਡਵਾਂਸਡ ਟ੍ਰੇਨਿੰਗ 'ਚ ਪੈ ਗਏ ਕਿਉਂਕਿ ਘੋੜੀ ਬਹੁਤ ਸੋਹਣੀ ਚਲਾ ਰਹੇ ਸੀਗੇ ਤੇ ਫਿਰ ਉਹਨਾਂ ਦੇ ਟ੍ਰੇਨਰ ਨੇ ਕਿਹਾ ਕਿ ਤੁਸੀਂ ਘੋੜੀ ਨੂੰ ਜੰਪ ਕਰਵਾਉਣਾ ਹੈ ਉਹ ਜੰਪ ਕਰਾਉਣ ਦੇ ਚੱਕਰ 'ਚ ਘੋੜੀ ਤੋਂ ਡਿੱਗ ਪਏ ਤੇ ਉਹਨਾਂ ਦਾ ਇੱਕ ਮੋਢਾ ਫੈਕਚਰ ਹੋ ਗਿਆ ਸੀ ਉਹਨਾਂ ਦਾ ਮੋਢਾ ਉੱਤਰ ਗਿਆ ਤੇ ਉਹ ਵਿਚਾਰਿਆਂ ਨੇ ਕਾਫੀ ਟਾਈਮ ਪਲਸਟਰ ਲੱਗਿਆ ਰਿਆ ਬੁਰਾ ਹਾਲਿਆ ਫਿਰ ਜਦੋਂ ਉਹਨਾਂ ਦਾ ਕੁਝ ਮੋੜਾ ਠੀਕ ਹੋਇਆ ਫਿਰ ਵੀ ਹਜੇ ਪ੍ਰੋਪਰ ਕੰਮ ਨਹੀਂ ਸੀ ਕਰਦਾ ਉਸੇ ਹੱਥ ਨਾਲ ਇੱਕ ਹੱਥ ਨਾਲ ਉਹ ਫਿਲਮ ਚ ਘੋੜੀ ਚਲਾਈ ਆ ਅੱਛਾ ਇੱਕ ਹੱਥ ਨਾਲ ਸਾਰੀ ਘੋੜੀ ਚਲਾਈ ਆ ਤਾਂ ਉਹਨਾਂ ਨੇ ਕਿਹੜੀ ਘੋੜੀ ਵਰਤੀ ਸੀਗੀ ਉਹ ਕਿਹੜੀ ਘੋੜੀ ਸੀ ਉਹ ਘੋੜੀ ਆਪਾਂ ਸੇਲ ਕਰ ਦਿੱਤੀ ਜੀ ਕਿਉਂਕਿ ਜਿੱਦਾਂ ਮਾਲਾ ਸਾਹਿਬ ਤੁਹਾਨੂੰ ਪਤਾ ਕਿ ਆਪਣਾ ਵਪਾਰ ਹੈ ਆਪਣਾ ਪਟਵਾਰੀ ਸਟੱਡ ਫਾਰਮ ਹੈ ਅਸੀਂ ਸੇਲ ਪਰਚੇਸ ਵੀ ਕਰਦੇ ਆ ਅੱਛਾ ਤੇ ਫਿਲਮ ਚ ਅਸੀਂ ਤਿੰਨ ਚਾਰ ਮਹੀਨੇ ਰਹੇ ਉਦੋਂ ਅਸੀਂ ਵਪਾਰ ਰੋਕ ਛੱਡਿਆ ਫਿਲਮ ਤੋਂ ਬਾਅਦ ਅਸੀਂ ਬਹੁਤ ਸਾਰੀਆਂ ਘੋੜੀਆਂ ਵੇਚ ਦਿੱਤੀਆਂ ਨੇ ਉਹ ਘੋੜੀ ਵੀ ਸਾਡੀ ਵਿਕ ਗਈ ਆ ਚੜੀ ਉਹ ਵਿਰਕ ਨੂੰ ਉਹ ਲਈ ਜਾਂਦੇ ਉਹਨੂੰ ਜੇਲ੍ਹ ਦੇ ਵਿੱਚ ਖੜਨ ਵਾਸਤੇ ਤੇ ਜਦੋਂ ਪਿੰਡ ਦੇ ਲੋਕ ਇਕੱਠੇ ਹੋ ਜਾਂਦੇ ਆ ਉਦੋਂ ਵੀ ਤੁਸੀਂ ਉਹਨੂੰ ਫੜ ਕੇ ਰੱਖਿਆ ਹੋਇਆ ਹੱਥ ਘੜੀਆਂ ਲਗਾਈਆਂ ਹੋਈਆਂ ਸੀ ਹਾਂਜੀ ਬਿਲਕੁਲ ਅਸੀਂ ਜਦੋਂ ਰਾਤ ਨੂੰ ਪੁਲਿਸ ਜਾਂਦੀ ਆ ਬਿਲਕੁਲ ਉਹ ਸੀਨ 'ਚ ਮੈਂ ਹੈਗਾ ਸੀ ਅਸੀਂ ਪਿੱਛੇ ਖੜੇ ਸੀ ਜਦੋਂ ਭੈਣ ਦੇ ਘਰੋਂ ਜਾਣਾ ਫੜਿਆ ਜਾਂਦਾ ਫਿਰ ਉਹਨੂੰ ਉਸ ਤੋਂ ਬਾਅਦ ਬੱਗੀ ਦੇ ਵਿੱਚ ਬਿਠਾ ਕੇ ਜੇਲ੍ਹ ਵਾਲੀ ਬੰਦ ਬੱਗੀ ਹੈ ਉਹਦੇ ਵਿੱਚ ਅਸੀਂ ਉਹਨੂੰ ਜੇਲ੍ਹ 'ਚ ਲੈ ਕੇ ਜਾਂਦੇ ਆ ਫਿਰ ਉਹ ਮੈਂਮੀ ਵਰਕ ਨੂੰ ਬਾਈ ਨੂੰ ਫੜ ਕੇ ਉੱਚੋਂ ਬਾਹਰ ਕੱਢਿਆ ਬੱਗੀ ਨੂੰ ਤੇ ਜੇਲ੍ਹ 'ਚ ਉਦੋਂ ਵੀ ਸਾਰੇ ਦੋਸਤਾਂ ਨੂੰ ਦੇਖਿਆ ਕਿ ਕਾਫੀ ਮੇਰੇ ਕਲੋਜ਼ ਸ਼ਾਰਟ ਜ ਕਿਸੇ ਕਿ ਰਾਜਸਥਾਨ ਵਾਲੀ ਸਾਈਡ ਤੇ ਸਾਰੀ ਫਿਲਮ ਬਣਾਈਆਂ ਜੀ ਤਾਂ ਫਿਲਮ ਮੇ ਦੇਖੀ ਉਹਦੇ ਵਿੱਚ ਖੱੱਚੇ ਘਰਾਂ ਦਾ ਇਸਤੇਮਾਲ ਕੀਤਾ ਗਿਆ ਹਰ ਚੀਜ਼ ਜਿਹੜੀ ਆ ਪੰਜਾਬ ਦੇ ਕਲਚਰ ਨਾਲ ਦਿਖਾਈ ਗਈ ਹੈ ਭਾਵੇਂ ਉਹ ਪਹਿਰਾਵਾ ਗੱਲ ਕੀਤੀ ਹੋਵੇ ਤੁਹਾਡੇ ਵੀ ਤੁਸੀਂ ਉਹ ਮੇਖਾ ਖਾਕੀ ਰੰਗ ਦਾ ਪੁੱਲਸ ਵਾਲਾ ਸਾਡੇ ਕੁੜਤੇ ਸੀ ਕੁੜਤੇ ਨਾਲ ਖੁੱਲੇ ਪਜਾਮੇ ਸੀਗੇ ਜੀ ਹਾਂ ਤੇ ਉਹ ਸਾਡੀ ਡਰੈਸ ਸੀਗੀ ਉਹਦੇ ਵਿੱਚ ਉਹਨਾ ਪੱਗ ਜਿਹੜੀ ਆ ਫਿਲਮ ਦੇ ਵਿੱਚ ਵਰਤੀ ਗਈ ਉਹੀ ਪੱਗ ਹੈ ਤੇ ਅਸੀਂ ਜਿੰਨੇ ਪੁਲਿਸ ਵਾਲੇ ਮੁੰਡੇ ਸੀ ਤਕਰੀਬਨ ਵੀ ਸਾਰੇ ਆਪਣੀ ਯਾਦਗਾਰ ਵਾਸਤੇ ਪੱਗਾਂ ਉੱਥੋਂ ਲੈਂਦੀਆਂ ਸੀ ਤੇ ਵਰਦੀਆਂ ਆਪਾਂ ਸਾਰੀਆਂ ਜਮ੍ਹਾਂ ਕਰਾਤੀਆਂ ਜੀ ਅਜੀਬ ਵੀ ਮੈਂ ਗੱਲ ਕੀਤੀ ਹੈ ਕਿ ਉੱਥੇ ਕੱਚੇ ਘਰ ਸੀ ਉਹ ਸਾਰਾ ਏਰੀਆ ਕਿਵੇਂ ਤਿਆਰ ਕੀਤਾ ਕਿਵੇਂ ਉਹ ਸਾਰਾ ਮੈਨਜ ਕੀਤਾ ਹਾਂ ਜੀ ਇਹ ਸਾਰਾ ਸੈੱਟ ਲਾਉਣਾ ਪੈਂਦਾ ਜੀ ਕਿਉਂਕਿ ਫਿਲਮ ਦੀ ਰਿਕੁਆਇਰਮੈਂਟ ਹੀ ਸੀ ਵੀ 18ਵੀਂ ਸਦੀ ਦੀ ਫਿਲਮ ਹੈ ਤੇ 18ਵੀਂ ਸਦੀ ਦੇ ਵਿੱਚ ਜੋ ਉਦੋਂ ਦੀ ਲੈਂਗੁਏਜ ਸੀ ਬਲ ਗੱਲ ਕਰੂੰਗਾ ਜੀ ਭਾਸ਼ਾ ਦੀ ਕਿ ਭਾਸ਼ਾ ਜਿਹੜੀ ਆ ਨਾ ਉਹ ਉਸ ਸਮ ਹੁਣ ਤੁਸੀਂ ਜੁੜਾ ਮੋੜ ਹਨ ਤੇ ਤੁਸੀਂ ਫਿਲਮ ਜੋ ਗੱਲ ਕਰੋਗੇ ਬਹੁਤ ਜਗ੍ਹਾ ਤੇ ਡਾਇਲੋਗਸ ਤੇ ਮੁਹਾਵਰੇ ਵਰਤੇ ਗਏ ਆ ਤੇ ਪੰਜਾਬੀ ਲੈਂਗੁਏਜ ਵਿੱਚ ਮੁਹਾਵਰੇ ਵਰਤਣ ਇੱਕ ਪੁਰਾਣੀ ਗੱਲ ਹੈ ਹਨ ਫਿਰ ਉਹ ਲੈਂਗੁਏਜ ਵਰਤੀ ਗਈ ਉਦੋਂ ਦਾ ਪਹਿਰਾਵਾ ਵਰਤਿਆ ਗਿਆ ਉਦੋਂ ਦੇ ਜਿਹੜੇ ਘਰ ਸੀਗੇ ਘਰਾਂ ਦੇ ਉੱਤੇ ਬਹੁਤ ਕੰਮ ਹੋਇਆ ਕਾਫੀ ਲੱਖਾਂ ਰੁਪਏ ਜਿਹੜਾ ਸੈੱਟ ਬਣਾਉਣ ਤੇ ਲੱਗਾ ਉਹ ਸਾਰੇ ਘਰ ਆਪ ਤਿਆਰ ਕੀਤੇ ਗਏ ਨੇ ਹੂੰ ਉਹ ਘਰਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਉਹ ਕੱਚੇ ਘਰ ਬਣਾਉਣੇ ਘਰਾਂ ਵਿੱਚ ਸਮਾਨ ਰੱਖਣਾ ਉਹ ਜਿਵੇਂ ਜਿਵੇਂ ਐਸੈਸਰੀਜ਼ ਨੇ ਪ੍ਰੋਪਰਟੀਆਂ ਨੇ ਪੁਰਾਣੇ ਸੰਦੂਕ ਅਲਮਾਰੀਆਂ ఎవਰੀਥਿੰਗ ਅਰੇਂਜ ਕੀਤਾ ਗਿਆ ਪੁਰਾਣੇ ਗੱਡੇ ਜਿਹਦੇ ਚ ਤੁਸੀਂ ਬੈਲ ਜਿਹੜੇ ਨੇ ਬਲਦ ਯੂਜ਼ ਕੀਤੇ ਆ ਉਹ ਵੀ ਪੁਰਾਣੀ ਨਸਲ ਦੇ ਆ ਹੁਣ ਅੱਜ ਕੱਲ ਦੇ ਜਿਹੜੇ ਬਲਦ ਨੇ ਉਹ ਨਵੀਆਂ ਨਸਲਾਂ ਦੇ ਆ ਗਿਆ ਐਚ ਐਫ ਬਰੀਡ ਆ ਗਿਆ ਤੁਸੀਂ ਘੋੜੀਆਂ ਵਰਤੋਗੇ ਵੀ ਪੁਰਾਣੀਆਂ ਨੇ ਜਿਹੜੇ ਆਪਣੇ ਬਲਦ ਬਲਦ ਵਰਤੇ ਨੇ ਉਹ ਵੀ ਪੁਰਾਣੇ ਲਈ ਊਠ ਵਰਤੇ ਗਏ ਮੈਂ ਵਿੱਚ ਆ ਕੇ ਵੱਜਣ ਲੱਗਾ ਮੈਂ ਤੇ ਔਰਦਾ ਜਾਵੇ ਜੀ ਹਣਾ ਚਲੋ ਤੇ ਇਹ ਤੁਮੇ ਗੱਲ ਕਰ ਰਹੀ ਸੀ ਕਿ ਬੀ ਕਾਫੀ ਮਿਹਨਤ ਤੇ ਕਾਫੀ ਖਰਚਾ ਕੀਤਾ ਗਿਆ ਇਸ ਫਿਲਮ ਤੇ ਅੱਜ ਬਹੁਤ ਸਾਰੇ ਦੋਸਤ ਦੇਖ ਕੇ ਜੇ ਕਹਿਣ ਕਿ ਸਾਨੂੰ ਫਿਲਮ ਦੀ ਸਮਝ ਘਟਾਈ ਆ ਜਾਂ ਪਸੰਦ ਨਹੀਂ ਆਈ ਸੋ ਉਹਨਾਂ ਦੀ ਉੱਚੀ ਨਹੀਂ ਜੀ ਮੈਨੂੰ ਤਾਂ ਬਹੁਤ ਆਨੰਦ ਆਇਆ ਫਿਲਮ ਦੇਖੀ ਹੈ ਪੂਰੀ ਐਮੀ ਵਿਰਕ ਨੇ 3 ਘੰਟੇ ਸਾਡੇ ਨਾਲ ਫਿਲਮ ਦੇਖੀ ਹੈ ਲੇਕਿਨ ਬਹੁਤ ਜ਼ਿਆਦਾ ਆਨੰਦ ਆਇਆ ਮੈਂ ਨਾ ਕਦੀ ਫਿਲਮੇ ਫਿਲਮੇ ਚ ਜਾ ਕੇ ਕਦੀ ਫਿਲਮੇ ਨਾਲ ਟਾਈਮ ਨਹੀਂ ਹੁੰਦਾ ਆਰਟਿਸਟ ਦੇ ਨਾਲ ਬਹਿ ਕੇ ਵੇਖਣਾ ਜੀ ਕਿਉਂਕਿ ਨਹੀਂ ਵੇਖਦੇ ਆਰਟਿਸਟ ਕੋਲ ਟਾਈਮ ਨਹੀਂ ਹੈ ਪਰ ਮੈਂ ਕਾਰਜਗਿਲ ਭਾਜੀ ਨੂੰ ਵੀ ਵਧਾਈ ਦੇਣਾ ਚਾਹੁੰਦਾ ਜੋ ਫਿਲਮ ਦੇ ਮਾਲ ਕੋ ਉਹਨਾਂ ਨੇ ਸਿਰਫ ਅੰਮ੍ਰਿਤਸਰ ਨਹੀਂ ਚੰਡੀਗੜ੍ਹ ਵੀ ਬਠਿੰਡਾ ਵੀ ਲੁਧਿਆਣਾ ਵੀ ਹਰ ਥੀਏਟਰ ਚ ਗਏ ਨੇ ਆਪ ਜਾ ਕੇ ਫਿਲਮ ਦੇਖੀ ਐ ਦਰਸ਼ਕਾਂ ਦੇ ਨਾਲ ਦੇਖੀ ਐ ਤੇ ਮੀਡੀਆ ਨੂੰ ਬਿਠਾ ਕੇ ਫਿਲਮ ਦਿਖਾਈ ਐ ਗਰਦੇਵ ਜੀ ਮੈਂ ਬਹੁਤ ਵੱਡੀ ਗੱਲ ਕੀਤੀ ਕੋੜੀਆਂ ਦੀ ਜ਼ਿਕਰ ਕਰ ਰਿਹਾ ਸੀ ਕਿ ਬੜਾ ਜਿਸ ਤਰੀਕੇ ਨਾਲ ਡਰ ਦਾ ਮਾਹੌਲ ਜਿਆ ਹੁੰਦਾ ਹੈ ਬੰਦੇ ਨੇ ਲਾਗੇ ਵੀ ਜਾਣਾ ਆ ਵਿਆਹ ਵਾਲੇ ਦਿਨ ਬੰਦਾ ਚੜਦਾ ਤੇ ਬੜਾ ਡਰ ਕੇ ਚੜਦਾ ਤੇ ਇਹਨਾਂ ਨੇ 70 ਦਿਨ ਕੋੜੀਆਂ ਕਿਵੇਂ ਇਹ ਝਾਕਾ ਕਿਵੇਂ ਲੱਥਿਆ ਤੁਸੀਂ ਦੱਸਿਓ ਕਿ ਉਹਨਾਂ ਡਾਇਰੈਕਟਰ ਸਾਹਿਬ ਨੇ ਕਿਹਾ ਸੀ ਕਿ ਟ੍ਰੇਨਿੰਗ ਲੈ ਕੇ ਆਓ ਤੁਹਾਡੀ ਟ੍ਰੇਨਿੰਗ ਲੈ ਕੇ ਆਓ ਤੇ ਫਿਰ ਕਿਵੇਂ ਟ੍ਰੇਨਿੰਗ ਜਿਹਨਾਂ ਨੇ ਚਤਰੇ ਦਾ ਰੋਲ ਕੀਤਾ ਜੀ ਬਿਲਕੁਲ ਉਹਦੀ ਵੀਡੀਓ ਮੈਂ ਕਲਿੱਪ ਦੇ ਦੂੰਗਾ ਜਿੱਥੇ ਆਪਾਂ ਖੜੇ ਐਥੇ ਉਹਨਾਂ ਨੂੰ ਮੈਂ ਪ੍ਰੈਕਟਿਸ ਕਰਵਾਈ ਐ ਤੇ ਉਹ ਬੰਦਾ ਇੰਨਾ ਟੈਲੈਂਟਡ ਐ ਜੀ ਮੈਨੂੰ ਐਸ ਐਸ ਜਗ੍ਹਾ ਤੇ ਇਸ ਜਗ੍ਹਾ ਤੇ ਮੈਂ ਟ੍ਰੇਨਿੰਗ ਕਰਵਾਈ ਐ ਇਸੇ ਗਰਾਊਂਡ ਦੇ ਵਿੱਚ ਅੱਛਾ ਇਸੇ ਗਰਾਊਂਡ ਦੇ ਵਿੱਚ ਹਾਂ ਇੱਥੇ ਚਤਰਾ ਮਾਰਕ ਕਹਿੰਦਾ ਵਾ ਮੇਰੇ ਕੋਲ ਆਏ ਸੀ ਉਹ ਗੁਰੂ ਰੰਦਾਵਾ ਦੇ ਬ੍ਰਦਰ ਨੇ ਪਹਿਲਾਂ ਮੈਨੂੰ ਵੀ ਨਹੀਂ ਸੀ ਪਤਾ ਉਹ ਬਿਲਕੁਲ ਨਾਰਮਲ ਆਏ ਇਨਸਾਨ ਵਾਂਗੂ ਕਹਿੰਦੇ ਜੀ ਮੇਰਾ ਫਿਲਮ ਚ ਕੋਈ ਛੋਟਾ ਮੋਟਾ ਸੀਨ ਐ ਤੇ ਮੈਨੂੰ ਜਿਹੜੀ ਆ ਪ੍ਰੈਕਟਿਸ ਕਰਾਉਣੀ ਐ ਪਰ ਆਪਾਂ ਤੇ ਦੇਖ ਜੇ ਵੀ ਆਉਂਦੇ ਆਪਾਂ ਉਹਨਾਂ ਨੂੰ ਵੀ ਉਹੀ ਟ੍ਰੇਡ ਦੇਣਾ ਸੀਗਾ ਕਿਉਂਕਿ ਮੈਂ ਵੀ ਫਿਲਮ ਇੰਡਸਟਰੀ ਤੋਂ ਤੇ ਸਾਡੇ ਲਈ ਕਿਸੇ ਲਈ ਆਰਟਿਸਟ ਨੂੰ ਇਹ ਨਹੀਂ ਸੋਚੀਦਾ ਵੀ ਇਹ ਬਹੁਤ ਵੱਡਾ ਸਟਾਰ ਹੈ ਯਾਰ ਕਿਤੇ ਮੈਂ ਇਹਨੂੰ ਗਲਤ ਨਾ ਬੋਲ ਦਵਾਂ ਜਾਂ ਯਾਰ ਮੇਰੇ ਕੋਲ ਕੋਈ ਗਲਤ ਬਿਹੇਵੀਅਰ ਨਾ ਹੋ ਜਾਏ ਆਪਾਂ ਨਾਰਮਲ ਤੁਸੀਂ ਮਾਲਾ ਸਾਹਿਬ ਖੜੇ ਹੋ ਤੇ ਮੇਰੇ ਕੋਲ ਹੋਰ ਵੀ ਬਹੁਤ ਸਾਰੇ ਦੋਸਤ ਹੁੰਦੇ ਆਪਾਂ ਇੱਕ ਫਰੈਂਡ ਦੇ ਤੌਰ ਤੇ ਦੋਸਤ ਦੇ ਤੌਰ ਤੇ ਹੁਣ ਮੇਰੇ ਕੋਲ ਮਾਰਕਰੰਦਾਵਾ ਆਇਆ ਉਹਨੇ ਮੇਰੇ ਤੋਂ ਬਹੁਤ ਚੀਜ਼ਾਂ ਲੁਕਾਈਆਂ ਵੀ ਸ਼ਾਇਦ ਵੀ ਪਤਾ ਨਹੀਂ ਮੈਂ ਕੀ ਸੋਚੂਗਾ ਉਹਦੇ ਬਾਰੇ ਪਰ ਆਪਾਂ ਨੂੰ ਏਦਾਂ ਦਾ ਫਰਕ ਨਹੀਂ ਪੈਂਦਾ ਇਨ ਸੰਤਨ ਸੰਣੀ ਹੈ ਉਹ ਮੇਰੇ ਕੋਲ ਆਏ ਮੈਂ ਕਿਹਾ ਵੀ ਠੀਕ ਹੈ ਜੀ ਮੈਂ ਤੁਹਾਨੂੰ ਟ੍ਰੇਨਿੰਗ ਦਊਂਗਾ ਵਧੀਆ ਤਰੀਕੇ ਨਾਲ ਉਹਨਾਂ ਨੂੰ ਮੈਂ ਇੱਥੇ ਟ੍ਰੇਨਿੰਗ ਦਿੱਤੀ ਨਾ ਕਿ ਮੈਂ ਸੋਚਿਆ ਕਿ ਯਾਰ ਆਉਣ ਵਾਲੇ ਸਮੇਂ 'ਚ ਵੱਡਾ ਐਕਟਰ ਬਣ ਜਾਊਗਾ ਜਾਂ ਬਹੁਤ ਡੀ ਸੈਲੀਬ੍ਰਿਟੀ ਆ ਜਾਂ ਕਈ ਵਾਰੀ ਲੋਕ ਫੀਲ ਕਰਦੇ ਆ ਮੈਂ ਖੁਦ ਐਜ਼ ਅ ਆਰਟਿਸਟ ਕੰਮ ਕਰ ਰਿਹਾ ਮੈਂ ਤਕਰੀਬਨ ਇੰਡਸਟਰੀ ਦੇ ਸਾਰੇ ਐਕਟਰਾਂ ਨੂੰ ਮਿਲਿਆ ਹੋਇਆ ਸਾਰੇ ਐਕਟਰ ਨਾਲ ਮੈਂ ਕੰਮ ਕੀਤਾ ਹੈ ਜਦੋਂ ਮੈਂ ਘੋੜੀਆਂ ਦੇਖੀਆਂ ਫਿਲਮ ਦੇ ਵਿੱਚ ਤਾਂ ਬੜੀ ਹਵਾ ਦੇ ਵਿੱਚ ਸ਼ੂਕ ਦੀ ਘੋੜੀ ਜਾਂਦੀ ਸੀ ਜਦੋਂ ਐਮੀ ਵਿਰਕ ਜਾਂਦੇ ਸੀ ਜਾਂ ਫਿਰ ਦੂਜੇ ਜਿਹੜੇ ਐਕਟਰ ਜਾਂਦੇ ਸੀ ਤੇ ਸ਼ੂਕਦੇ ਜਾਂਦੇ ਸੀਗੇ ਤੇ ਉਹ ਡਰ ਨਹੀਂ ਸੀ ਲੱਗਦਾ ਉਹਨਾਂ ਨੂੰ ਕਿਉਂਕਿ ਤੁਸੀਂ ਤਾਂ ਸਮਾ ਸਾਰਾ ਹੰਡਾਇਆ ਵਾ ਮੈਂ ਉਹ ਹੀ ਦੱਸਣ ਲੱਗਾ ਜੀ ਕਿ ਜਦੋਂ ਮਾਰਕਰਨ ਦਾ ਮੇਰੇ ਕੋਲ ਆਏ ਜ ਜਨਾ ਛਤਰੇ ਦਾ ਰੋਲ ਕੀਤਾ ਤੇ ਉਹ ਘੋੜੀ ਦੇ ਕੋਲ ਜਾਂ ਲੱਗਿਆ ਡਰਦੇ ਸੀ ਹੱਥ ਕੰਬਦੇ ਸੀ ਉਹਨਾਂ ਦੇ ਤੇ ਗੱਲ ਦੱਸਿਆ ਛਤਰੇ ਦਾ ਰੋਲ ਬਹੁਤ ਸੋਹਣਾ ਕੀਤਾ ਉਹਨਾਂ ਨੇ ਬੜਾ ਵਧੀਆ ਲਾਸਟ ਤੱਕ ਰੋਲ ਉਹਨਾਂ ਨੇ ਦੇਖਿਆ ਬਹੁਤ ਵਧੀਆ ਰੋਲ ਕੀਤਾ ਕਿਸੇ ਲੇਖਕ ਨੇ ਫੇਸਬੁੱਕ ਤੇ ਕਮੈਂਟ ਕੀਤਾ ਹ ਕਿ ਜੇ ਕਿਤੇ ਮਾਰਕਰ ਦਾ ਵਾਨੂੰ ਜਿਉਨੇ ਦਾ ਰੋਲ ਦਿੰਦੇ ਹਾਂ ਕਿਉਂਕਿ ਇੱਕ ਨਵਾਂ ਚਿਹਰਾ ਸੀਗਾ ਤੇ ਉਸ ਬੰਦੇ ਦਾ ਰੋਬ ਤੇ ਐਕਟਿੰਗ ਬਹੁਤ ਜ਼ਬਰਦਸਤ ਹੈ ਮੈਂ ਦੇਖਿਆ ਉਹਨਾਂ ਦੀ ਬਾਡੀ ਜਿਹੜੀ ਸੀ ਬਾਡੀ ਬਿਲਕੁਲ ਸਲੇਮ ਜੀ ਤੇ ਪੱਜ ਕੇ ਘੋੜੇ ਦੇ ਉੱਤੇ ਐ ਚੜਦਾ ਬਹੁਤ ਐਕਟਿਵ ਬਹੁਤ ਐਕਟਿਵ ਮੈਨੂੰ ਲੱਗਦਾ ਟ੍ਰੇਨਿੰਗ ਤੁਸੀਂ ਦਿੱਤੀ ਉਹਨੂੰ ਪੂਰੀ ਤਸੱਲੀ ਕਰ ਬਿਲਕੁਲ ਜ਼ੀਰੋ ਸੀਗੀ ਜੀ ਉਹਨਾਂ ਨੂੰ ਨਹੀਂ ਸੀ ਆਉਂਦਾ ਉਹ ਜਦੋਂ ਘੋੜੀ ਘੁੱਲ ਜਾਂਦੀ ਸੀ ਉਹਨਾਂ ਦੇ ਹੱਥ ਕੰਬਦੇ ਸੀਗੇ ਅੱਛਾ ਪਹਿਲੇ ਦਿਨ ਆਏ ਕਹਿੰਦੇ ਭਾਜੀ ਮੈਨੂੰ ਡਰ ਲੱਗਦਾ ਤੇ ਮੈਂ ਕਹਿੰਦੇ ਘੋੜੀ ਨੂੰ ਕੁਝ ਖਵਾਉਣ ਲਈ ਲਿਆਵਾਂ ਹਾਂ ਮੈਂ ਕਿਹਾ ਹਾਂ ਜੀ ਕੋਈ ਲੈ ਆਓ ਉਹ ਸੇਵ ਲੈ ਆਏ ਅਗਲੇ ਦਿਨ ਅੱਛਾ ਤਾਂ ਮੈਂ ਵੀ ਫੈਲੀ ਹੋਰੀ ਵੇਖਿਆ ਵੀ ਘੋੜੀਵਾਸ ਤੋਂ ਸੇਵ ਲੈ ਕੇ ਆਇਆ ਬੰਦਾ ਕਿਉਂ ਨੂੰ ਇਹ ਨਹੀਂ ਪਤਾ ਵੀ ਚਲੋ ਘੋੜੀ ਨੂੰ ਆਪਾਂ ਗੋੜ ਖਵਾਉਨੇ ਆ ਪਹਿਲੇ ਦਿਨ ਕੋਈ ਟ੍ਰੇਨਿੰਗ ਕਰਨੀ ਆ ਥੋੜਾ ਮਿੱਠਾ ਦਿੰਨੇ ਆ ਆਪਾਂ ਗੋੜ ਦਿੰਨੇ ਆ ਜਾਂ ਕੋਈ ਹੋਰ ਚੀਜ਼ ਦਿੰਨੇ ਆ ਉਹ ਸੇਵ ਲੈ ਕੇ ਆਇਆ ਉਹਨੇ ਸੇਵ ਆਪਣੇ ਹੱਥ ਨਾਲ ਘੋੜੀ ਨੂੰ ਖਵਾਏ ਉਹਦਾ ਚਾਕਾ ਨਿਕਲਿਆ ਫਿਰ ਆਪਾਂ ਐਸੇ ਰਿੰਗ 'ਚ ਉਹ ਮੈਂ 5 ਦਿਨ ਪ੍ਰੈਕਟਿਸ ਕਰਾਈ 6ਵੇਂ ਦਿਨ ਮੈਂ ਰਿੰਗ 'ਚ ਬਾਹਰ ਪਹਿਲੀ ਚ ਲੈ ਗਿਆ ਮੈਂ ਕਿਹਾ ਹੁਣ ਭਜਾਓ ਸਟੈਪ ਟੂ ਸਟੈਪ ਮੈਂ ਟ੍ਰੇਨਿੰਗ ਕਰਾਈ ਬੰਦਿਆਂ ਦਾ ਲੰਗਰ ਬਣੀ ਤੇ ਪਹੁੰਚਦਾ ਉੱਥੇ ਕਿਉਂਕਿ ਫਿਲਮ ਇੰਡਸਟਰੀ ਵਾਲੇ ਨੇ ਆਪਣਾ ਹੀ ਸਾਰਾ ਸਮਾਨ ਖੜਿਆ ਪਰ ਇਹਨਾਂ ਦਾ ਰੇਜ਼ ਕਿਵੇਂ ਕੀਤਾ ਮੈਂ ਤੁਹਾਡੇ ਇੱਥੇ ਫਾਰਮ ਤੇ ਦੇਖ ਰਿਹਾ ਸੀ ਤੁਸੀਂ ਉੱਥੇ ਮੌਫਲੀ ਦਾ ਜਿਹੜਾ ਸ਼ਿਕੜ ਹੁੰਦਾ ਹੈ ਉਹ ਤੁਸੀਂ ਇਹਨਾਂ ਨੂੰ ਉਹਦਾ ਜਿਹੜਾ ਚੂਰਾ ਹੁੰਦਾ ਉਹ ਖਵਾ ਰਹੇ ਹਾਂਜੀ ਮੌਫਲੀ ਦਾ ਨੀਰਾ ਜੀ ਜਦੋਂ ਮੌਫਲੀ ਪੈਦਾ ਹੁੰਦੀ ਹੈ ਤੇ ਉਹ ਮੌਫਲੀ ਛੜਨ ਤੋਂ ਬਾਅਦ ਉਹਦਾ ਬੂਟਾ ਪਰ ਰਾਜਸਥਾਨ ਦੇ ਵਿੱਚ ਕਿਵੇਂ ਸਾਰਾ ਪ੍ਰੋਵਾਈਡ ਕੀਤਾ ਇਹ ਸਾਨੂੰ ਪੰਜਾਬ ਚੋਂ ਵੀ ਨਹੀਂ ਮਿਲਦਾ ਰਾਜਸਥਾਨ ਚੋਂ ਹੀ ਮਿਲਦਾ ਅੱਛਾ ਹੁੰਦੇ ਰਾਜਸਥਾਨ ਚ ਰਾਜਸਥਾਨ ਦੀ ਮੌਫਲੀ ਪੈਦਾ ਹੁੰਦੀ ਹੈ ਜਿਹਦਾੋਂ ਨੀਰਾ ਮਿਲਦਾ ਉਹ ਫਿਰ ਜਦੋਂ ਘੋੜਿਆਂ ਵਾਲੀ ਲੇਬਰ ਤੁਸੀਂ ਆਪ ਦੇ ਲੈ ਕੇ ਆਉਣੀ ਹੈ ਇਹਨਾਂ ਦਾ ਸਾਮ ਸੰਭਾਲ ਤੁਸੀਂ ਆਪ ਕਰਨਾ ਹੈ ਤੇ ਉਹ ਅਸੀਂ ਨੀਰਾ ਅਲੱਗ ਤੋਂ ਜੀ ਟਰੱਕ ਉੱਥੇ ਮੰਗਵਾਇਆ ਨੀਰੇ ਦਾ ਘੋੜਿਆਂ ਵਾਸਤੇ ਫੀਡ ਦਾਣਾ ਉਹ ਵੀ ਅਸੀਂ ਅਲੱਗ ਤੋਂ ਫੈਕਟਰੀ ਤੋਂ ਮੰਗਵਾਈ ਬੰਦੇ ਅਸੀਂ ਆਪ ਦੇ ਲੇਬਰ ਲੈ ਕੇ ਗਏ ਪਰ ਜਿਹੜੇ ਮੇਰੇ ਘੋੜਿਆਂ ਦੇ ਲੇਬਰ ਸੀ ਉਹ ਵੀ ਨਾਲ ਹੀ ਉੱਥੇ ਰਹੇ ਸਾਡੇ ਨਾਲ ਤੇ ਸਾਰਾ ਅਰੇਂਜਮੈਂਟ ਅਸੀਂ ਕੀਤਾ ਫਿਰ ਉੱਥੇ ਨੂੰ ਇੰਨੀ ਕੁ ਮੁਸ਼ਕਲ ਆਉਂਦੀ ਸੀ ਕਿ ਰਾਜਸਥਾਨ ਚ ਆਵਾਰਾ ਬੈਲ ਬਹੁਤ ਨੇ ਅਚੰਦ گاਵਾ ਬਹੁਤ ਨੇ ਤੇ ਅਸੀਂ ਉਹ ਟੈਂਟ ਲਾ ਕੇ ਰਹਿੰਦੇ ਸੀ ਨੀਰਾ ਦੇ ਹਰਿਆ ਤੇ ਉੱਥੇ ਲੱਭਦਾ ਨਹੀਂ ਤੁਹਾਨੂੰ ਬਦਾਮ 12 ਪਸ਼ੂਆਂ ਵਾਸਤੇ ਆ ਡਰਦੇ ਨਹੀਂ ਵੀ ਰਾਤ ਨੂੰ ਉਹ ਰਾਤ ਆ ਜਾਂਦੇ ਸੀ ਉਹਨਾਂ ਨੇ ਸਾਡੇ ਟੈਂਟ ਪਾੜਤੇ ਅੱਛਾ ਉਹ ਥੱਲੋਂ ਦੀ ਸਿਰ ਕੱਢ ਕੇ ਤੇ ਨੀਰਾ ਖਾ ਜਾਂਦੇ ਸੀਗੇ ਅੱਛਾ ਤੇ ਇੱਕ ਦਿਨ ਤੇ ਘੋੜੀਆਂ ਵੀ ਅੰਦਰ ਪੱਜੀ ਹੋਈ ਸੀ ਅੰਦਰ ਵੜ ਗਿਆ ਇੱਕ ਆ ਕੇ ਤੇ ਮਤਲਬ ਬੜੀ ਮੁਸ਼ਕਲ ਆਈ ਮੇਰੇ ਬੰਦੇ ਵਿਚਾਰੇ ਰਾਤ ਰਾਤ ਸੌਂਦੇ ਨਹੀਂ ਸੀਗੇ ਉਹ ਸਾਰੀ ਰਾਤ ਉਹ ਬਲਦਾਂ ਨੂੰ ਭਜਾਉਂਦੇ ਰਹਿੰਦੇ ਸੀਗੇ ਕਿਉਂਕਿ ਉਹ ਠੱਗੇ ਨੂੰ ਮੋੜਨਾ ਬੜਾ ਔਖਾ ਉਹਨੂੰ ਜਿੰਨਾ ਮਰਜ਼ੀ ਮਾਰੋ ਕਰੋ ਉਹ ਇੰਨੇ ਢੀਠ ਨੇ ਉਹ ਸਿਰ ਲੈ ਕੇ ਸਿੱਧਾ ਗਾਂਹ ਤੁਰੇ ਜਾਂਦੇ ਨੇ ਤੇ ਬਹੁਤ ਉਹਨਾਂ ਨੇ ਤੁਹਾਨੂੰ ਪਰੇਸ਼ਾਨ ਕੀਤਾ ਕਈ ਰਾਤਾਂ ਉਹ ਸਾਡਾ ਘੋੜਿਆਂ ਦਾ ਨੀਰਾ ਉਹ ਬਲਦ ਖਾਂਦੇ ਰਹੇ ਉੱਥੇ ਬਹੁਤ ਸਾਰੇ ਸਟੱਡ ਫਾਰਮ ਦੇਖੇ ਨੇ ਕਈ ਕਈ ਬੰਦੇ ਲੇਬਰ ਰੱਖੀ ਹੁੰਦੀ ਤੁਸੀਂ ਉਹਨਾਂ ਦੀ ਦੇਖਭਾਲ ਕਰਨ ਵਾਸਤੇ ਪਰ ਉੱਥੇ ਲੇਬਰ ਵੀ ਜਿਹੜੀ ਉਹ ਨਾਲ ਹੀ ਖੜੀ ਸੀ ਕਿ ਜਾਂ ਉੱਥੋਂ ਪ੍ਰੋਵਾਈਡ ਕੀਤੀ ਗਈ ਸੀ ਲੇਬਰ ਅ ਲੀਬਰ ਨਹੀਂ ਉਹ ਘੋੜਿਆਂ ਵਾਲੇ ਬੰਦੇ ਵੱਖਰੇ ਹੁੰਦੇ ਨੇ ਜੀ ਕਿਉਂਕਿ ਵਿਦਾਊਟ ਕਿਸੇ ਨੂੰ ਜੇ ਘੋੜਾ ਫੜਨਾ ਨਹੀਂ ਆਉਂਦਾ ਜਾਂ ਉਹਦੀ ਟ੍ਰੇਨਿੰਗ ਨਹੀਂ ਹੈਗੀ ਦੇ ਅਣਜਾਣ ਬੰਦੇ ਨੂੰ ਨਹੀਂ ਆਪਾਂ ਲੈ ਕੇ ਜਾ ਸਕਦੇ ਉਹ ਸਾਡੇ ਘੋੜਿਆਂ ਵਾਲੇ ਬੰਦੇ ਸੀ ਜਿਨ੍ਹਾਂ ਨੂੰ ਘੋੜਿਆਂ ਬਾਰੇ ਨੌਲੇਜ ਸੀ ਇੱਕ ਲੜਕਾ ਸੀਗਾ ਜੀ ਉਹ ਮੈਂ ਰਾਜਸਥਾਨ ਤੋਂ ਸਪੈਸ਼ਲ ਬੁਲਾਇਆ ਸੀ ਜਿਹਨੂੰ ਰਾਈਡਿੰਗ ਵੀ ਆਉਂਦੀ ਸੀ ਉਹ ਘੋੜਿਆਂ ਦਾ ਟ੍ਰੇਨਰ ਵੀ ਸੀ ਕਿਉਂਕਿ ਫਿਲਮ ਦੇ ਵਿੱਚ ਮੈਂ ਇਕੱਲਾ ਸੀ ਨਾਲ ਘੋੜਿਆਂ ਵਾਲਾ ਤੇ ਮੇਰੇ ਨਾਲ ਇੱਕ ਹੈਲਪਰ ਮੁੰਡਾ ਆ ਗਿਆ ਕਿਉਂਕਿ ਉਹ ਵੀ ਘੋੜਿਆਂ ਦਾ ਜਾਣਕਾਰ ਸੀ ਫਿਰ ਉਹ ਕਈ ਡੁਪਲੀਕੇਟ ਸੀਨ ਦੇਣੇ ਪੈਂਦੇ ਆ ਕਈ ਜਗ੍ਹਾ ਘੋੜੀ ਭਜਾ ਕੇ ਲਿ ਤੇ ਸੋ ਇਸ ਕਰਕੇ ਅਸੀਂ ਚਾਰ ਪੰਜ ਬੰਦੇ ਘੂੜੀਆਂ ਵਾਲੇ ਸੀਗੇ ਇੱਕ ਜੇਲ ਦੇ ਵਿੱਚ ਜਿੱਥੇ ਐਮੀ ਵਿਰਕ ਨੂੰ ਖੜਿਆ ਸੀ ਉਹ ਜੇਲ ਦੇਖਣਿਆ ਪੁਰਾਣੇ ਸਮੇਂ ਦੀ ਉਹਦੇ ਵਿੱਚ ਜੇਲ ਬਣਾਈ ਗਈ ਆ ਉਹ ਜੇਲ ਕਿਵੇਂ ਕਿੰਨੇ ਸਮੇਂ ਚ ਉਹ ਜੇਲ ਤਿਆਰ ਕੀਤੀ ਸੀ ਉਹ ਜੀ ਤਕਰੀਬਨ ਇਹਨਾਂ ਨੇ ਉਹ ਗਵੜਾ ਵੱਡਾ ਸੈਟਅਪ ਸੀਗਾ ਮੈਨੂੰ ਲੱਗਦਾ 4 ਕਿ ਦਿਨ ਲੱਗੇ ਸੀ ਕਿਉਂਕਿ ਉੱਥੇ ਤਾਂ ਬਹੁਤ ਸਪੀਡ ਨਾਲ ਲੇਬਰ ਬਹੁਤ ਜ਼ਿਆਦਾ ਸੀ ਹੂੰ 25 25 30 30 ਬੰਦੇ ਲੱਗੇ ਰਹਿੰਦੇ ਸੀ ਮਿਸਤਰੀ ਜਿਹੜੇ ਆਟ ਵਾਲੇ ਅਪਾਰਟਮੈਂਟ ਦੇ ਜਵੇਂ ਪਾਲ ਗਲੀ ਕੱਚੇ ਘਰ ਬਣਾਉਣ ਚ ਬਹੁਤ ਮਿਹਨਤ ਹੋਈ ਇੱਕ ਮਹੀਨੇ ਚ ਸਾਰੇ ਪਿੰਡ ਤਿਆਰ ਕੀਤਾ ਗਿਆ ਭੰਨ 10 ਘਰ ਬਣਾਏ ਬਜ਼ਾਰ ਬਣਾਇਆ ਉਹ ਜੇਲ ਵੀ ਸਾਡੇ ਸਾਹਮਣੇ ਬਣੀ ਸੀ ਚਾਰ ਪੰਜ ਦਿਨ ਚ ਉਹਨਾਂ ਨੇ ਤਿਆਰ ਕਰਤੀ ਸੀ ਛਾਛੂ ਤੇ ਪਾ ਕੇ ਐ ਕੰਪਲੀਟ ਕਰਤੀ ਸੀ ਦੋ ਜੇਲਾਂ ਨੇ ਇੱਕ ਤਾਂ ਵੱਡੀ ਰਾਜਸਥੀ ਜੇਲ ਹੈ ਇੱਕ ਸਨਾਮ ਵਾਲਾ ਠਾਣਾ ਸੀਗਾ ਤੇ ਮੈਂ ਬਹੁਤ ਸਾਰੀ ਤੁਹਾਡੇ ਫਿਲਮ ਦੇ ਵਿੱਚ ਰੋਲ ਦੇਖੇ ਨੇ ਜਿਵੇਂ ਘੋੜਿਆਂ ਦੇ ਤੁਸੀਂ ਖੁਦ ਵੀ ਚੜਦੇ ਹੁੰਦੇ ਹੋ ਤਾਂ ਐਮੀ ਵਿਰਕ ਨੂੰ ਜਦੋਂ ਫੜ ਕੇ ਖੜਿਆ ਹੋਰ ਵੀ ਕਈ ਥਾਂ ਤੇ ਗੋਲੀ ਸ਼ਿਕਾ ਚਲਾਉਂਦੇ ਨਜ਼ਰ ਆਉਂਦੇ ਹੋ ਇਹ ਡਾਇਰੈਕਟ ਕਿਵੇਂ ਕੀਤਾ ਸੀ ਖੁਦ ਕਹੇ ਸੀ ਕਿ ਮੈਨੂੰ ਫਲਾਣਾ ਰੋਲ ਚਾਹੀਦਾ ਜਿੱਥੇ ਐਮੀ ਵਿਰਕ ਨੂੰ ਮੈਂ ਫੜ ਕੇ ਖੜਨਾ ਨਹੀਂ ਮੈਂ ਆਪਣੇ ਕੋਲ ਕੁਝ ਨਹੀਂ ਗਿਆ ਜੀ ਕਿ ਜਿਹੜੇ ਡਾਇਰੈਕਟਰ ਸਾਹਿਬ ਸੀਗੇ ਜਤਿੰਦਰ ਮੋਹਰ ਸਾਹਿਬ ਤੇ ਬਹੁਤ ਵਧੀਆ ਡਾਇਰੈਕਟਰ ਨੇ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਤੇ ਉਹਨਾਂ ਨੇ ਆ ਫਿਲਮ ਜਿਹੜੀ ਕੀਤੀ ਹੈ ਉਹਨਾਂ ਦਾ ਸੁਪਨਾ ਸੀਗਾ 2016 17 ਤੋਂ ਮੈਂ ਉਹਨਾਂ ਦਾ ਇੱਕ ਇੰਟਰਵਿਊ ਦੇਖ ਕਿ 2016-17 ਤੋਂ ਉਹਨਾਂ ਨੇ ਜਿਉਣੇ ਮੋੜ ਤੇ ਸਰਚ ਕਰਨੀ ਸ਼ੁਰੂ ਕੀਤੀ ਸੀ ਮੈਂ ਕਾਫੀ ਕਿਤਾਬਾਂ ਪੜ੍ਹੀਆਂ ਫਿਰ ਫਿਲਮ ਬਣਾਈ ਉਹਨਾਂ ਨੇ ਮੈਨੂੰ ਦੇਖਿਆ ਵੀ ਚਲੋ ਇਹ ਬੰਦੇ ਦਾ ਫੇਸ ਐਕਸਪ੍ਰੈਸ਼ਨ ਇਦਾਂ ਦਾ ਹੈ ਕਿ ਸ਼ਾਇਦ ਇਹਨਾਂ ਨੂੰ ਮੈਂ ਜਿਉਣੇ ਦੇ ਨੇੜੇ ਕਰੂੰਗਾ ਤੇ ਸ਼ਾਇਦ ਇਹਨਾਂ ਦਾ ਵੀ ਕੰਮ ਚੰਗਾ ਨਿਕਲ ਆਊਗਾ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮੈਂ ਡਬਲ ਮਿਹਨਤ ਕਰ ਰਿਹਾ ਘੋੜੇ ਵੀ ਦੇ ਰਿਹਾ ਨਾਲ ਕੱਪੜੇ ਪਾ ਕੇ ਮੈਨੂੰ ਆਉਣਾ ਪੈਂਦਾ ਫਿਰ ਉਹਨਾਂ ਨੇ ਮੈਨੂੰ ਜਿਉਣੇ ਦੇ ਨੇੜੇ ਕਰਤਾ ਐਮੀ ਵੀਰ ਕੋ ਉਹਨਾਂ ਨਾਲ ਕੱਲ ਗੱਲ ਕੀਤੀ ਸੀ ਮੈਂ ਕਿਹਾ ਫਿਲਮ ਦਾ ਕਿਵੇਂ ਰਿਸਪੌਂਸ ਹੈ ਕਹਿੰਦਾ ਯਾਰ ਪਹਿਲੀਆਂ 4- ਪਰ ਵਾਕੀ ਗੱਲ ਮੈਂ ਦੇਖੀ ਐ ਫਿਲਮ ਦੇ ਵਿੱਚ ਜਿਹੜੀ ਚੀਜ਼ ਦਿਖਾਈ ਐ ਮੈਂ ਪਹਿਲਾਂ ਵੀ ਮੋੜ ਜੂਣਾ ਮੋੜ ਫਿਲਮਾਂ ਦੇਖੀਆਂ ਨੇ ਪਰ ਇਹਦੇ ਵਿੱਚ ਕੁਝ ਵੱਖਰੀ ਚੀਜ਼ ਵੇਖਣ ਨੂੰ ਮਿਲੀ ਯਾਰ ਹਾਂਜੀ ਪ੍ਰਾਣੀ ਜੂਣਾ ਮੋੜ ਦੇ ਵਿੱਚ ਦੇਖੋ ਕਿਛਨੇ ਮੋੜ ਦਾ ਉਹਨਾਂ ਕੰਮ ਨਹੀਂ ਦਿਖਾਇਆ ਗਿਆ ਇੱਕ ਦੋ ਸੀਨ ਸੀਗੇ ਆ ਫਿਲਮ ਦੇ ਵਿੱਚ ਅੱਧੀ ਫਿਲਮ ਚ ਕਿਛਨਾ ਮੋੜ ਜਿਹੜਾ ਆ ਉਹ ਤੁਹਾਨੂੰ ਨਜ਼ਰ ਆ ਰਿਹਾ ਕਿਉਂਕਿ ਤੁਸੀਂ ਦੇਖੋਗੇ ਅਸਲ ਦੇ ਵਿੱਚ ਜਿਹੜਾ ਫਿਲਮ ਹੈ ਨਾ ਇਹ ਫਿਲਮ ਕਾਫੀ ਸੱਚਾਈ ਦੇ ਨੇੜੇ ਹੈ ਕਿਉਂਕਿ ਕਾਫੀ ਰਿਸਰਚ ਹੋਈ ਹੈ ਇਹਨਾਂ ਦੀ ਕਹਾਣੀ ਦੇ ਉੱਤੇ ਬਹੁਤ ਸਾਰੇ ਦਰਸ਼ਕਾ ਜਾ ਕੇ ਕਹਿੰਦੇ ਆ ਵੀ ਸਾਨੂੰ ਸਮਝ ਨਹੀਂ ਆਈ ਜੂਨੇ ਮੋੜ ਦਾ ਕੰਮ ਥੋੜਾ ਆ ਕਿਛਨਾ ਮੋੜ ਦੇਵ ਬਣਿਆ ਜੀ ਕਿਤੇ ਜਿਹੜਾ ਜੂਣਾ ਆ ਉਹ ਦੇਵ ਬਣ ਜਾਂਦਾ ਸੋ ਇਕੱਲਾ ਕਾਫੀ ਹੋਈਆਂ ਸੋ ਇਹ ਚੀਜ਼ ਮੈਂ ਦੁਬਾਰਾ ਵੀ ਦੱਸਣਾ ਚਾਹੁੰਦਾ ਦਰਸ਼ਕਾਂ ਕਹਾਣੀ ਮੁਤਾਬਕ ਫਿਲਮ ਨੇ ਉਹੀ ਕੁਝ ਕੀਤਾ ਕਿਉਂਕਿ ਇਹ ਪ੍ਰਾਣੀ ਫਿਲਮ ਤੇ ਇਹ ਫਿਲਮ 'ਚ ਬਹੁਤ ਫਰਕ ਹੈ ਅਜੇ ਟੈਕਨੀਕ ਦਾ ਫਰਕ ਹੈ ਵੀ ਐਫ ਐਕਸ ਦਾ ਕੰਮ ਬਹੁਤ ਜ਼ਿਆਦਾ ਆਇਆ ਐਨੀਮੇਸ਼ਨ ਦਾ ਅੱਧਾ ਪਿੰਡ ਅਸੀਂ ਆਪ ਤਿਆਰ ਕੀਤਾ ਸੀ ਪਿੱਛੇ ਜਿੰਨਾ ਬੈਕਗ੍ਰਾਉਂਡ ਤੇ ਦੂਰ ਤੱਕ ਜੰਗਲ ਟਿੱਬੇ ਜਾਂ ਪਿੰਡ ਨਜ਼ਰ ਆਉਂਦਾ ਉਹ ਸਾਰਾ ਐਨੀਮੇਟਿਡ ਆ ਸਾਰਾ ਵੀ ਐਫ ਐਕਸ ਹੈ ਗਰਦੇਵ ਸਿੰਘ ਜੀ ਮੈਂ ਉਹਦੇ ਵਿੱਚ ਦੇਖਿਆ ਕਿ ਬਹੁਤ ਸਾਰੇ ਆਰਟਿਸਟ ਜਿਹੜੇ ਸੀ ਉਹ ਨਵੇਂ ਚਿਹਰੇ ਸੀਗੇ ਜੀ ਕੀ ਤੁਸੀਂ ਇਸ ਅਪਰਾਲੇ ਨੂੰ ਕਿਵੇਂ ਵੇਖਦੇ ਹੋ ਕਿ ਹਾਂ ਬਹੁਤ ਵਧੀਆ ਬਹੁਤ ਵਧੀਆ ਪਰਾਲਾ ਮੈਂ ਡਾਇਰੈਕਟਰ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਤੇ ਪ੍ਰੋਡਿਊਸਰ ਸਾਹਿਬ ਦਾ ਵੀ ਕਿਉਂਕਿ ਤੁਸੀਂ ਤਾਂ ਪਹਿਲਾਂ ਕਾਫੀ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਹੋ ਪਰ ਉਹ ਜਿਹੜੇ ਚਿਹਰੇ ਸੀ ਮੈਂ ਪਹਿਲੀ ਵਾਰੀ ਦੇਖੇ ਕਿਉਂਕਿ ਉਹ ਮੁੰਡੇ ਸਾਡੇ ਲੱਗੇ ਤੁਰੇ ਫਿਰਦੇ ਸੀ ਕੱਲ ਤੇ ਮੈਂ ਦੇਖਿਆ ਯਾਰ ਤੂੰ ਐਮੀ ਵਰਕ ਦੇ ਜੀਜੀ ਦਾ ਰੋਲ ਨ ਕੀਤਾ ਕਿਸੇ ਨੇ ਗਦਾਰ ਦਾ ਰੋਲ ਅਦਾ ਕੀਤਾ ਹਾਂਜੀ ਇੱਕ ਤਾਂ ਪ੍ਰਿੰਸਪਾ ਜੀ ਨੇ ਜੀ ਪ੍ਰਿੰਸ ਮਖੂ ਜੀ ਉਹ ਐਸੋਸੀਏਟ ਡਾਇਰੈਕਟਰ ਸੀਗੇ ਨਾਲ ਉਹਨਾਂ ਦਾ ਬਹੁਤ ਵੱਡਾ ਕੰਮ ਸੀ ਫਿਲਮ ਦੇ ਵਿੱਚ ਐਜ਼ ਅ ਡਾਇਰੈਕਟਰ ਕੰਮ ਕਰਨਾ ਤੇ ਉਹਨਾਂ ਨੇ ਫਿਰ ਉਹ ਜਿਹੜਾ ਜੁਣਾ ਮੋੜ ਦਾ hmm ਤੇ ਉਸ ਤੋਂ ਇਲਾਵਾ ਜਿਹੜਾ ਤੁਸੀਂ ਦੇਖੋਗੇ ਕਿ ਹੋਰ ਜਿਹੜੇ ਡਾਕੂ ਬਣੇ ਨੇ ਜਾਂ ਪੁਲਿਸ ਵਾਲੇ ਬਣੇ ਨੇ ਜਾਂ ਹੋਰ ਬਜ਼ੁਰਗ ਦੇਖੋ ਤੁਸੀਂ ਬਜ਼ੁਰਗ ਐਕਟਰਾਂ ਨੂੰ ਕਿੰਨਾ ਕੰਮ ਦਿੱਤਾ ਗਿਆ ਫਿਲਮ 'ਚ ਉਹ ਪੁਰਾਣੇ ਐਕਟਰ ਨੇ ਕਈ ਸਾਲਾਂ ਤੋਂ ਇੰਡਸਟਰੀ ਨਾਲ ਜੁੜੇ ਪਰ ਉਹ ਕਦੀ ਸਾਹਮਣੇ ਨਹੀਂ ਆਏ ਇਸ ਫਿਲਮ 'ਚ ਬਜ਼ੁਰਗ ਲੋਡ ਸੀਨ ਡਾਇਲੋਗ ਸੀਗੇ ਫਿਰ ਉਹਨਾਂ ਨੂੰ ਵੀ ਜਿਹੜਾ ਵਾ ਉਹ ਨਜ਼ਦੀਕ ਫਿਲਮ ਦੇ ਵਿੱਚ ਆਉਣ ਦਿੱਤਾ ਉਹਨਾਂ ਦੇ ਡਾਇਲੋਗ ਕਰਵਾਏ ਨੇ ਸੋ ਇਹ ਚੰਗਾ ਭਰਾਲ ਹੈ ਕਿ ਇਹੋ ਜਿਹੀਆਂ ਫਿਲਮਾਂ ਬਣਨਗੀਆਂ ਉਹਨਾਂ ਆਰਟਿਸਟਾਂ ਨੂੰ ਕੰਮ ਮਿਲੂਗਾ ਜਿਹੜੇ ਇਸ ਰੋਲ ਦੇ ਹੱਕਦਾਰ ਨੇ ਗਰਦੇਵ ਸਿੰਘ ਜੀ ਤੁਸੀਂ ਕਿਹਾ ਸੀ ਕਿ ਜਦੋਂ ਘੋੜੀ ਡਿਸਾਈਡ ਕੀਤੀ ਸੀ ਕਿਤੇ ਕਿ ਜਵਾਨ ਬੜਾ ਸੀਗਾ ਤੇ ਘੋੜੀ ਉਹਦੇ ਮੇਚਦੇ ਚਾਹੀਦੀ ਆ ਜੀ ਠੀਕ ਹੈ ਮੈਨੂੰ ਲੱਗਦਾ ਕਿ ਡੋਗਰ ਦੀ ਤੁਸੀਂ ਕੱਛ ਤੇ ਆਉਂਦੇ ਹੋਣੇ ਆ ਛਾਲ ਮਾਰ ਕੇ ਚੜ ਕੇ ਦਿਖਾਓ ਇੱਕ ਵਾਰੀ ਕੋਈ ਅੱਛਾ ਔਰ ਚੜ ਕੇ ਦਿਖਾ ਦਿਓ ਦਿਖਾ ਦਿਓ ਸਰ ਜੀ ਛਾਲ ਮਾਰ ਕੇ ਦੀ ਮੇਰੇ ਕੋਲ ਤੁਸੀਂ ਟ੍ਰੇਨਿੰਗ ਦਿੱਤੀ ਉਸ ਬੰਦਿਆਂ ਨੂੰ ਮੈਂ ਹੁਣ ਐ ਈਡੀ ਵੱਡੀ ਘੋੜੀ ਤੇ ਦੇਖੋ ਵੀ ਮੇਰੇ ਆ ਕਿੱਥੇ ਮੱਥੇ ਤੇ ਆਉਣ ਡਈ ਆ ਬਿਲਕੁਲ ਬਿਲਕੁਲ ਤੇ ਜੇ ਆਪਣੀ ਈਡੀ ਉੱਚੀ ਕੰਧ ਤੇ ਵੀ ਈਡੀ ਉੱਚੀ ਕੰਧ ਤੇ ਵੀ ਚੜਨਾ ਹੋਵੇ ਤਾਂ ਨਹੀਂ ਚੜਿਆ ਜਾਂਦਾ ਪਰ ਮੈਂ ਤਾਂ ਹੁਣ ਦੇਖੋ ਛਾਲ ਮਾਰ ਕੇ ਇੱਕ ਦੋ ਵਾਰੀ ਮੈਂ ਚੜਿਆ ਵੀ ਆ ਪਰ ਅੱਜ ਮੁਸ਼ਕਲ ਲੱਗਦਾ ਮੈਨੂੰ ਅਗਰਦੇਵ ਜੀ ਇੱਕ ਗੱਲ ਹੋਰ ਦੱਸਿਓ ਕਿ ਜਿਵੇਂ ਉਹ ਪਹਿਰਾਵੇ ਦੀ ਗੱਲ ਕਰੀਏ ਕਿ ਦੇਸੀ ਪਹਿਰਾਵਾ ਸੀ ਤੇ ਜੀਨ ਦੀਆਂ ਪੈਟਾ ਪਾਈਆਂ ਤੁਸੀਂ ਸਾਰਿਆਂ ਨੇ ਉੱਥੇ ਚਾਦਰੇ ਸੀਗੇ ਜੀ ਹਾਂ ਉਹ ਪੁਰਾਣੀ ਫਿਲਮ ਦੇ ਵਿੱਚ ਜਿਹੜੇ ਉਹ ਚਾਦਰੇ ਪਾ ਕੇ ਉਹਨਾਂ ਨੇ ਰੋਲ ਕੀਤਾ ਤੇ ਉਹ ਗੋਡਿਆਂ ਤੋਂ ਤਾਂ ਚੱਕੇ ਜਾਂਦੇ ਸੀ ਇਹ ਬਹੁਤਿਆਂ ਦੇ ਜਿਹੜੀਆਂ ਕਾਠੀਆਂ ਨੇ ਉਹ ਦੂਜੀਆਂ ਜਿਵੇਂ ਉਹ ਕੋੜੀ ਤੇ ਕਾਠੀ ਲੱਗੀ ਹੋਈ ਆ ਉਹ ਦੇਸੀ ਕਾਠੀ ਹੈ ਇੰਡੀਅਨ ਸਟਾਈਲ ਦੀ ਹੈ ਉਹ ਕਾਠੀਆਂ ਦੇ ਲੋਹੇ ਲੱਗਾ ਸੀ ਇੱਥੇ ਹੁਣ ਐਮੀ ਭਾਜੀ ਦੇ ਵੀ ਦੋ ਤਿੰਨ ਵਾਰ ਸੱਟ ਲੱਗੀ ਹੈ ਮੈਂ ਵੀ ਦੋ ਤਿੰਨ ਵਾਰ ਉਹਨਾਂ ਦੇ ਬੈਂਡ ਲਾਇਆ ਤੇ ਉਹਨਾਂ ਦੇ ਕਾਠੀ ਵੱਜ ਜਾਂਦੀ ਸੀ ਜਦੋਂ ਚਾਦਰਾਂ ਉੱਪਰ ਚੱਕਿਆ ਜਾਂਦਾ ਸੀ ਇੱਥੇ ਗੋਡਿਆਂ ਦੇ ਪੱਟਾਂ ਤੇ ਇਥੋਂ ਲੋਹਾ ਵੱਜਦਾ ਸੀਗਾ ਤੇ ਜਦੋਂ ਕੁੱਟਕਟ ਪੈਂਦੀ ਸੀ ਚਾਦਰੇ ਨਾਲ ਛੇਤੀ ਭੱਜ ਜਾਂਦੀ ਉਹ ਫਿਲਮ ਦੇ ਵਿੱਚ ਵੀ ਵੇਖਿਆ ਨਾ ਰੇਤਾ ਦੇ ਵਿੱਚ ਪਹਾੜੀਆਂ ਦੇ ਵਿੱਚ ਦੌੜਨਾ ਮਿਲਦਾ ਸੀਗਾ ਨਾ ਬਿਲਕੁਲ 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 ਉਹਦੇ ਵਿੱਚ ਭੱਜਣਾ ਵੀ ਪੈਂਦਾ ਸੀਗਾ ਜੀ ਭੱਜ ਕੇ ਵੀ ਸ਼ਾਟ ਕੀਤੇ ਨੇ ਘੋੜੀਆਂ ਦੇ ਨਾਲ ਵੀ ਸ਼ਾਟ ਕੀਤੇ ਨੇ ਪਰ ਉਹ ਜਿਹੜੇ ਬੰਦੇ ਨੇ ਕਦੀ ਜ਼ਿੰਦਗੀ 'ਚ ਚਾਦਰਾਂ ਬੰਨਿਆ ਹੀ ਨਹੀਂ ਉਹਨੂੰ ਤਾਂ ਬੜੀ ਮੁਸ਼ਕਲ ਆਈ ਜਦੋਂ ਤੁਰਦੇ ਸੀ ਉਹ ਚਾਦਰਾਂ ਪਰੋਂ ਆਈਂਦੇ ਲੱਤਾਂ ਕੱਲੀਆਂ ਰਹਿ ਜਾਂਦੀਆਂ ਸੀ ਇੱਕ ਫਿਲਮ ਦੇ ਵਿੱਚ ਚੀਜ਼ ਦੇਖਿਆ ਇੱਕ ਫਿਲਮ ਦੇ ਵਿੱਚ ਚੀਜ਼ ਵੇਖਣ ਨੂੰ ਮਿਲੀ ਕਿ ਜਿੰਨੇ ਵੀ ਉਥੇ ਅੰਗਰੇਜ਼ ਸਰਕਾਰ ਦੇ ਨਾਲ ਪੁਲਿਸ ਵਾਲੇ ਸਾਨੂੰ ਉਸ ਮੁਲਾਜ਼ਮਾਂ ਸੰਤ ਪੁਲਿਸ ਵਾਲੇ ਸਾਰੇ ਦਸਤਾਰਾਂ ਵਾਲੇ ਮਿਲ ਮਿਲੇ ਹਾਂਜੀ ਫਿਲਮ ਦਾ ਵੀ ਹੈ ਜੀ ਇੱਕ ਸਪੈਸ਼ਲ ਕੰਮ ਸੀਗਾ ਵੀ ਉਹਨਾਂ ਨੂੰ ਸਰਦਾਰ ਮੇਰੇ ਕੋਲ ਹੁਣ ਦਾੜੀ ਮੇਰੀ ਛੋਟੀ ਮੈਂ ਕਰਵਾ ਦੇਣਾ ਟਰਿਮ ਕਰਵਾ ਲੈਣਾ ਤੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਸੀ 2 ਮਹੀਨੇ ਕਿ ਭਾਜੀ ਤੁਹਾਡਾ ਹੁਣ ਫਿਲਮ 'ਚ ਕੰਮ ਹੈ ਤਾਂ ਤੁਸੀਂ ਦਾੜੀ ਨਹੀਂ ਕਟਵਾਉਣੀ ਇਦਾਂ ਹੀ ਉੱਥੇ ਕਈ ਮੇਰੇ ਨਾਲ ਹੋਰ ਮੁੰਡੇ ਸੀ ਜਿਨ੍ਹਾਂ ਨੇ ਦਾੜੀਆਂ ਰੱਖੀਆਂ ਸੀ ਤੇ ਪ੍ਰੋਪਰ ਤੁਸੀਂ ਦੇਖੋ ਪੁਲਿਸ ਵਾਲੇ ਸਾਰੇ ਵੱਡੀਆਂ ਦਾੜੀਆਂ ਵਾਲੇ ਲੈ ਆ ਜਿਹੜੇ ਡਾਕੂ ਉਹ ਵੀ ਦਾੜੀਆਂ ਵਾਲੇ ਲੈ ਆ ਹੁਣ ਇੱਕ ਰਾਜ ਹੈਗੇ ਨੇ ਆਪਣੇ ਬ੍ਰਦਰ ਉੱਥੇ ਐਜ਼ ਆਰਟਿਸਟ ਉਹਨਾਂ ਨੇ ਡਾਕੂ ਦਾ ਰੋਲ ਕੀਤਾ ਉਹਨਾਂ ਨੇ ਇੰਟਰਵਿਊ 'ਚ ਦੱਸਿਆ ਸੀਗਾ ਕਿ ਉਹਨਾਂ ਨੇ ਦਾੜੀ ਵੀ ਨਹੀਂ ਕਟਵਾਈ ਕੱਲ ਵੀ ਉੱਥੇ ਖੜੇ ਸੀਗੇ ਕਾਫੀ ਸਮਾਰਟ ਜੇ ਸੀਗੇ ਬਿਲਕੁਲ ਕਲੀਨ ਸ਼ੇਪ ਪਰ ਡਾਕੂ ਜੋ ਪਛਾਣ ਚ ਨਹੀਂ ਆਉਂਦੇ ਉਹਨਾਂ ਨੇ ਇੰਟਰਵਿਊ ਚ ਦੱਸਿਆ ਕਿ 35 ਦਿਨੋਂ ਨਾਤੇ ਨਹੀਂ ਅੱਛਾ ਇਸੇ ਕਰਕੇ ਵੀ ਜਿਹੜੀ ਲੁੱਕ ਆ ਉਹਨਾਂ ਦਾ ਬੋਡੀ ਲੁੱਕ ਹੁਣ ਨਾ ਨਹੀਂ ਕਟਵਾਉਂ ਤੋਂ ਮੈਨਾਂ ਕੀਤਾ ਸੀ ਵੀ ਕੋਈ ਨਾ ਨਹੀਂ ਕੱਟੂਗਾ ਡਾਕੂ ਰੀਅਲ ਦੇ ਵਿੱਚ ਦੋ ਦੋ ਤਿੰਨ ਤਿੰਨ ਮਹੀਨੇ ਨਾ ਨਹੀਂ ਕੱਟਣੇ ਦਾੜੀ ਨਹੀਂ ਕਟਾਉਣੀ ਪ੍ਰੋਪਰ ਤੁਹਾਡਾ ਲੱਗੇ ਵੀ ਤੁਸੀਂ ਜੰਗਲਾਂ ਟਿੱਬਿਆਂ 'ਚ ਰਹਿੰਦੇ ਹੋ ਉਹ ਬੰਦਾ 35 40 ਦੇ ਨਾਤਾ ਹੀ ਮਤਲਬ ਜੀ ਮਿਹਨਤ ਕੀਤੀ ਮਤਲਬ ਜੇ ਅੱਜ ਇੱਕ ਰੋਲ ਕੀਤਾ ਤੇ ਉਹ ਰੋਲ ਦੁਬਾਰਾ ਵੀ ਜ਼ਰੂਰਤ ਪੈ ਸਕਦੀ ਹੈ ਤੇ ਲੁੱਕ ਨਾ ਚੇਂਜ ਹੋ ਜੇ ਕਿਤੇ ਲੁੱਕ ਨਾ ਚੇਂਜ ਹੋ ਜੇ ਲੋਕ ਇਹ ਨਾ ਕਹਿਣ ਕਿ ਇਹ ਬੰਦਾ ਚੇਂਜ ਕਰ ਦਿੱਤਾ ਜਾਵਦਾ ਹਾਂ ਨਹੀਂ ਉਹ ਵੀ ਪਰ ਫਿਲਮ ਦਾ ਉਸ ਸਮੇਂ ਨਾ 18ਵੀਂ ਸਦੀ ਦੀ ਸੱਚਾਈ ਦਿਖਾਈ ਨਾ ਹਾਂ ਕਿ ਉਦੋਂ ਲੋਕ ਦਾੜੀਆਂ ਨਹੀਂ ਸੀ ਕਟਾਉਂਦੇ ਹੁਣ ਅਮੀਰ ਵੀਰ ਕਦੀ ਵੱਡੀ ਦਾੜੀ ਦਿਖਾਈ ਹੈ ਹਾਂ ਪ੍ਰੋਪਰ ਰੀਅਲ ਲੁੱਕ ਦਿਖਾਈ ਹੈ ਜੇ ਲੜਕੀਆਂ ਨੇ ਕੰਮ ਕੀਤਾ ਤੇ ਅੱਜਕੱਲ ਤੁਹਾਨੂੰ ਪਤਾ ਲੜਕੀਆਂ ਜਦੋਂ ਮੇਕਅਪ ਕਰਦੀਆਂ ਨੇ ਜਾਂ ਸੈਲੂਨ ਤੇ ਜਾਂਦੀਆਂ ਨੇ ਤੇ ਆਈਬ੍ਰੋ ਵੀ ਉਹ ਵੀ ਤੁਸੀਂ ਦੇਖੋਗੇ ਮਤਲਬ ਬਰੀਕੀ ਨਾਲ ਕੰਮ ਕੀਤਾ ਗਿਆ ਕੱਪੜਿਆਂ ਦੀ ਬਰੀਕੀ ਸੀ ਹੁਣ ਕੱਪੜੇ ਤੇਜਿੰਦਰ ਮੈਮ ਸੀ ਸਾਡੇ ਇੱਕ ਹਨਾ ਬਹੁਤ ਪੁਰਾਣੇ ਨੇ ਇਸ ਇੰਡਸਟਰੀ ਚ ਉਹਨਾਂ ਨੇ ਕੱਪੜੇ ਡਿਜ਼ਾਈਨ ਕੀਤੇ ਤੇ ਬਹੁਤ ਰਿਸਰਚ ਕਰਕੇ ਉਹਨਾਂ ਕੱਪੜੇ ਬਣਾਏ ਇੱਕ ਮੁੱਖ ਹੀਰੋ ਜਿਹੜੀ ਐਮੀ ਵਰਕ ਜਿਨ੍ਹਾਂ ਨੂੰ ਪ੍ਰੇਮ ਕਰਦੇ ਸਨ ਤੁਸੀਂ ਦੇਖਿਆ ਉਹ ਸੀਨ ਤੁਸੀਂ ਸ਼ਾਇਦ ਕੰਮ ਕੀਤਾ ਉਹਦੇ ਵਿੱਚ ਤੇ ਉਹ ਦੇਖਿਆ ਮੈਂ ਕਿ ਉਹਨਾਂ ਦਾ ਇੱਕ ਉਹ ਵੀ ਨਵੇਂ ਆਰਟਿਸਟ ਨਵੇਂ ਸੀ ਬਿਲਕੁਲ ਨਵੇਂ ਸੀਗੇ ਤਾਂ ਦੂਜੇ ਪਾਸੇ ਜਿਹੜੀ ਉਹਨਾਂ ਦੀ ਸਿਸਟਰ ਬਣਾਈ ਸੀ ਐਮੀ ਵਰਕ ਤੇ ਦੂਜੇ ਦੀ ਉਹਨਾਂ ਦੇ ਭਰਾ ਦੀ ਜਿਹੜੀ ਸੀਗੀ ਉਹਨਾਂ ਦੀ ਗੱਲ ਕਰੀ ਉਹ ਵੀ ਇੱਕ ਨਵਾਂ ਰੋਲ ਉਹਨੂੰ ਮਿਲ ਮੈਂ ਕਿਹਾ ਫਿਲਮ ਦੇ ਵਿੱਚ ਬਹੁਤ ਵਧੀਆ ਠੇਠ ਪੰਜਾਬੀ ਬੋਲੀ ਆ ਤਾਂ ਜਦੋਂ ਮੈਨਾਂ ਇੰਟਰਵਿਊ ਕਰਨ ਲੱਗੇ ਤਾਂ ਉਹ ਹਿੰਦੀ ਚ ਸਟਾਰਟ ਕਰ ਦਿੱਤੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਨਹੀਂ ਭੈ ਜੂਪੀ ਦੀ ਰਹਿਣ ਵਾਲੀ ਆ ਹਾਂ ਉਹ ਪਿੱਛੋਂ ਯੂਪੀ ਤੋਂ ਨੇ ਜੀ ਤੇ ਉਹ ਦਿੱਲੀ ਰਹਿੰਦੇ ਨੇ ਐਜ਼ ਆਰਟਿਸਟ ਉਹ ਜ਼ਿਆਦਾ ਹਿੰਦੀ ਪ੍ਰੋਜੈਕਟ ਕਰਦੇ ਆ ਤੇ ਪੰਜਾਬੀ ਉਹਨਾਂ ਨੇ ਜਦੋਂ ਬੋਲੀ ਆ ਮੈਂ ਆਪ ਉਥੇ ਸੈੱਟ ਤੇ ਹੀ ਸੀ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ ਤੇ ਉਹ ਪੰਜਾਬੀ ਬਹੁਤ ਹੀ ਸਮੂਥ ਬੋਲਦੇ ਸੀਗੇ ਸੋ ਐਜ਼ ਆਰਟਿਸਟ ਹੋਣਾ ਲੈਂਗੁਏਜ ਆਉਣੀ ਆ ਵਧੀਆ ਗੱਲ ਆ ਹੁਣ ਰੀਅਲ ਚ ਉਹਨਾਂ ਦੀ ਮਾਂ ਬੋਲੀ ਤਾਂ ਹਿੰਦੀ ਹੈ ਪਰ ਪੰਜਾਬੀ ਉਹਨਾਂ ਨੇ ਬੋਲੀ ਆ ਐਮੀ ਵਰਕ ਦੇ ਭੈਣ ਦਾ ਰੋਲ ਕੀਤਾ ਤੇ ਪ੍ਰੋਪਰ ਵਧੀਆ ਰੋਲ ਕੀਤਾ ਤੋਂ ਨਵੇਂ ਵੀ ਸੀਗੇ ਪਰ ਕੰਮ ਇਹਨਾਂ ਵਧੀਆ ਕੀਤਾ ਵੀ ਲੱਗ ਹੀ ਨਹੀਂ ਰਿਹਾ ਕਿ ਯਾਰ ਉਹ ਪਹਿਲੀ ਵਾਰ ਕਰ ਰਹੇ ਨੇ ਗੁਰਦੇਵ ਜੀ ਉਹਦੇ ਵਿੱਚ ਲੈਂਗੁਏਜ ਦੀ ਤੁਸੀਂ ਗੱਲ ਕੀਤੀ ਆ ਮਲਵਈ ਲੈਂਗੁਏਜ ਸ਼ਾਇਦ ਉਸ ਸਾਈਡ ਦੇ ਵਿੱਚ ਸਾਡੇ ਮਾਝੇ ਵਾਲੀ ਸਾਈਡ ਦੀ ਤਾਂ ਛੇਠ ਪੰਜਾਬੀ ਜਿਦਾ ਨਹੀਂ ਆ ਜੀ ਤੇ ਉਧਰ ਜਿਵੇਂ ਲੈਂਗੁਏਜ ਦੇਖਿਆ ਉਹ ਮੈਨੂੰ ਯਾਦ ਨਹੀਂ ਹੁਣ ਕਿਦਾਂ ਦੀ ਲੈਂਗੁਏਜ ਬੋਲ ਰਹੇ ਸੀ ਤਾਂ ਉਹ ਤੁਸੀਂ ਉੱਥੇ ਦੇਖਿਆ ਮੌਕੇ ਦੇ ਕਿੰਨਾ ਕੌਖਾ ਕੰਮ ਸੀਗਾ ਉਹ ਸਾਰਾ ਮੈਨੂੰ ਤਾਂ ਹੁਣ ਆਦਤ ਹੈ ਗਈ ਹੈ ਜੀ ਕਿਉਂਕਿ ਮੇਰੇ ਬਹੁਤ ਸਾਰੇ ਭਰਾ ਘੋੜਿਆਂ ਵਾਲੇ ਜਿਹੜੇ ਨੇ ਉਹ ਮਾਲਵੇ ਤੋਂ ਆ ਅੱਛਾ ਤੇ ਤਕਰੀਬਨ ਮੈਨੂੰ ਫੋਨ ਆਉਂਦਾ ਰਹਿੰਦਾ ਉਹਨਾਂ ਦਾ ਮੇਰੇ ਨਾਲ ਗੱਲ ਕਰਦਾ ਰਹਿੰਦਾ ਤੇ ਮੇਰੀ ਲੈਂਗੁਏਜ ਦੇ ਵਿੱਚ ਵੀ ਕਈ ਲਬ ਜਿਹੜੇ ਸ਼ਬਦਾਵਲੀ ਉਹ ਮਾਲਵੇ ਵਾਲੀ ਹੋਗੀ ਮੈਨੂੰ ਤਾਂ ਚਲੋ ਆਪ ਨੂੰ ਤਾਂ ਸਭ ਠੀਕ ਲੱਗਦਾ ਪਰ ਜਿਵੇਂ ਹੁਣ ਮਾਰਕਰਨ ਦਾਵਾ ਸੀਗਾ ਉਹ ਵੀ ਮਾਝੇ ਦਾ ਜੀ ਤੇ ਜਰਨੈਲ ਭਾਜੀ ਵੀ ਮਾਝੇ ਵਾਲੇ ਉਹ ਵੀ ਪੂਰੀ ਇੱਥੋਂ ਬਿਆਸਦੇ ਨੇ ਉਹ ਵੀ ਪ੍ਰੋਪਰ ਮਾਝੇ ਵਾਲੀ ਬੋਲਦੇ ਆ ਪਰ ਇਹ ਆ ਵੀ ਆਰਟਿਸਟ ਨੂੰ ਤਾਂ ਚਲੋ ਡਾਇਲੋਗ ਪੜ੍ਹ ਕੇ ਸਿੱਖ ਲੈਂਦੇ ਪਰ ਜਿਹੜਾ ਬੰਦਾ ਨਵਾਂ ਸੀ ਪਹਿਲੀ ਵਾਰ ਉੱਥੇ ਗਿਆ ਹੋਊਗਾ ਜਦੋਂ ਨੇ ਮਾਝੇ ਵਾਲੀ ਬੋਲਣੀ ਸੀ ਤੇ ਕਈ ਜਗ੍ਹਾ ਤੇ ਭਲੇਖਾ ਪੈਂਦਾ ਸੀ ਜਿਵੇਂ ਉਧਰ 30 ਜਿਆਦਾ ਬੋਲਦੇ ਆ ਆਪਾਂ ਸਹੀ ਬੋਲ ਦਿੰਨੇ ਹਨਾ ਮੈਨੂੰ ਲੱਗਦਾ ਹਰ ਗੱਲ ਦੇ ਨਾਲ 30 30 ਲਾਉਂਦੇ ਸੀ 30 ਤੇ ਜ਼ਿਆਦਾ ਹੁੰਦੇ ਸੀਗੇ ਉਹ 30 ਤੋਂ ਕਈ ਅੜਦੇ ਸੀਗੇ ਪਰ ਬਾਰ 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 ਟੋਕਿਆ ਗਿਆ ਵੀ ਨਹੀਂ ਆਪਾਂ ਇੱਥੇ 30 ਬੋਲਣਾ ਭਾਣ ਹੀ ਆ ਬੋਲਣਾ ਉਹ ਫੇਰ ਉਹ ਜਾ ਕੇ ਗੱਲ ਕਲੀਅਰ ਹੋਈ ਮੈਂ ਪੱਗਾਂ ਦੀ ਗੱਲ ਕੀਤੀ ਸੀ ਵੀ ਅੰਗਰੇਜ਼ ਪੁਲਿਸ ਨਾਲ ਸਾਡੇ ਜ਼ਿਆਦਾ ਪੁਲਸ ਵਾਲੇ ਪੱਗਾਂ ਵਾਲੇ ਸੀਗੇ ਸਰਦਾਰ ਜੀ ਨੂੰ ਕਹਿ ਦਿੰਦੇ ਕੀ ਤੁਹਾਨੂੰ ਲੱਗਦਾ ਹੈ ਕਿ ਅੱਜ ਵੀ ਉਦਾਂ ਹੀ ਆ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ ਹਾਂ ਔਰ ਅਸਲੀ ਪੰਜਾਬੀ ਸਾਰੇ ਮੁੰਡੇ ਸਰਦਾਰ ਹੀ ਆ ਜਿਹੜੇ ਵੀ ਉਹ ਚ ਲੈ ਗਏ ਆ ਨਾ ਉਹ ਰੀਅਲ ਜਿਵੇਂ ਮੈਂ ਪਾਗੀ ਬੰਦਾ ਹਾਂ ਹਮੇਸ਼ਾ ਤੋਂ ਸਟੋਰੀ ਦੇ ਵਿੱਚ ਵੀ ਇਦਾਂ ਕਹਾਣੀ ਦੇ ਵਿੱਚ ਕਹਾਣੀ ਚ ਵੀ ਇਦਾਂ ਤੋਂ ਰੀਅਲ ਦੇ ਵਿੱਚ ਵੀ ਸਾਰੇ ਮੁੰਡੇ ਸਰਦਾਰ ਨੇ ਦਾੜੀ ਵਾਲੇ ਆ ਹਾਂ ਕਿਸੇ ਦੀ ਦਾੜੀ ਛੋਟੀ ਸੀ ਉਹਨਾਂ ਦਾੜੀ ਰੱਖ ਲਈ ਵੱਡੀ ਕਰ ਲਈ ਪਰ ਸਾਰੇ ਮੁੰਡੇ ਪੱਗਾਂ ਵਾਲੇ ਲੱਗੇ ਗਦਾਰਾਂ ਦਾ ਰੋਲ ਵੀ ਪੰਜਾਬੀਆਂ ਨੇ ਕੀਤਾ ਉਹਦੇ ਵਿੱਚ ਸਰਦਾਰਾਂ ਨੇ ਕੀਤਾ ਜਿਆਦਾ ਤੱਕ ਗਦਾਰ ਦਾ ਜੇ ਜੂਣੇ ਨੂੰ ਮਰਵਾਇਆ ਉਹਦੇ ਭਰਾ ਨੂੰ ਮਰਵਾਇਆ ਮੈਨੂੰ ਲੱਗਦਾ ਗਦਾਰਾਂ ਨੇ ਮਰਵਾਇਆ ਆ ਘਰ ਦੇ ਮਰਵਾ ਗਏ ਜੀ ਵਿੱਚ ਵੇਖਿਆ ਸੀ ਤੁਸੀਂ ਨਾ ਨਹੀਂ ਰੀਅਲ ਦੇ ਵਿੱਚ ਦੇਖੋ ਜੀ ਇਹ ਸਦੀਆਂ ਤੋਂ ਹੁੰਦਾ ਹੁਣ ਜੇ ਗੱਲ ਕਰੀਏ ਰਾਜ ਦੀ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆ ਤੇ ਉਹ ਵੀ ਗਦਾਰਾਂ ਕਰਕੇ ਗਿਆ ਹੂੰ ਸੋ ਇਹਦੇ ਵਾਸਤੇ ਕੁਝ ਵੀ ਮੈਂ ਨਹੀਂ ਕਹਿ ਸਕਦਾ ਕਿਉਂਕਿ ਇਤਿਹਾਸ ਸਾਰਿਆਂ ਨੇ ਪੜਿਆ ਵਾ ਸੁਣਿਆ ਵਾ ਇਹ ਗੱਲ ਉਦੋਂ ਦੀ ਨਹੀਂ ਇਹ ਗੱਲ ਅੱਜ ਦੀ ਵੀ ਆ ਤੇ ਹਮੇਸ਼ਾ ਦੀ ਆ ਸੋ ਇਹ ਤਾਂ ਰਹੀ ਨੇ ਇਹ ਕਿਉਂਕਿ ਵੇਖੋ ਸਾਡੀ ਧਰਤੀ ਦੇ ਵਿੱਚ ਨਾ ਅਸੀਂ ਪੰਜਾਬ ਦੇ ਜੰਮਪਾਲਾਂ ਪਰ ਥੋੜੇ ਦਿਨ ਪਹਿਲਾਂ ਵੀ ਕਿਸੇ ਨਾਲ ਮੇਰੀ ਗੱਲ ਹੋ ਰਹੀ ਸੀ ਉਹ ਬਹੁਤ ਚੰਗੇ ਕਹ ਲੋਗੇ ਕਿਤਾਬਾਂ ਪੜਨ ਦੇ ਸ਼ੌਕੀਨ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਪੰਜਾਬ ਦੀ ਧਰਤੀ ਤੇ ਦੂਜੇ ਮੁਲਕਾਂ ਚੋਂ ਲੋਕ ਆ ਕੇ ਇੱਥੇ ਰਹਿੰਦੇ ਰਹੇ ਆ ਇੱਥੇ ਹਮਲਾ ਕਰਦੇ ਸੀ ਇੱਥੋਂ ਲੜਾਈਆਂ ਕਰਦੇ ਗਏ ਅੱਗੇ ਚੱਲ ਜਾਂਦੇ ਸੀ ਸਾਡੀ ਪੰਜਾਬੀਆਂ 'ਚ ਹੋਰ ਵੀ ਖੂਨ ਰਲੇ ਨੇ ਹੂੰ ਮੁਗਲਾਂ ਦੇ ਖੂਨ ਵੀ ਨੇ ਅਫਗਾਨਿਸਤਾਨੀਆਂ ਦੇ ਨੇ ਜਿੰਨੇ ਹਮਲਾਵਰ ਆਉਂਦੇ ਰਹੇ ਆ ਨਾ ਆ ਜਦੋਂ ਸਕੰਦਰ ਆਇਆ ਸੀ ਸਾਡੇ ਭਰਾ ਫਿਲਮ ਦੀ ਗੱਲ ਕਰ ਕੋ ਸਿਆਪਾ ਨਾ ਖੜਾ ਕਰੀ ਮੈਂ ਅਨਕਲ ਦੱਸ ਹੀ ਦਵਾਂ ਗੱਲ ਤੋਂ ਸ਼ੁਰੂ ਕੀਤੀ ਆ ਪਰ ਅਸਲ 'ਚ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਜਿਹੜੇ ਨੇ ਪੰਜਾਬੀ ਗਦਰ ਨੇ ਜਾਂ ਸਾਰੇ ਚੰਗੇ ਨੇ ਅੱਧਾ ਖੂਨ ਦੁਜਿਆਂ ਦਾ ਵੀ ਰਲਿਆ ਵਿੱਚ ਸੋ ਬਾਹਰ ਦਾ ਖੂਨ ਫਿਰ ਬਾਹਰ ਦੀ ਗੱਲ ਕਰਦਾ ਤੁਸੀਂ ਜ਼ਵੇ ਜ਼ਿਕਰ ਕਰ ਰਹੇ ਹੋ ਫਿਲਮ ਦੀ ਗੱਲ ਕਰ ਰਹੇ ਮੈਂ ਕੋਈ ਫਿਰ ਕੈਮਰਾ ਪਰਸੋਂ ਕੰਗਾ ਉਹਨਾਂ ਘੋੜੀਆਂ ਦੀਆਂ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਕਿ ਜਿੰਨਾ ਘੋੜੀਆਂ ਨੇ ਮੌੜ ਫਿਲਮ ਦੇ ਵਿੱਚ ਜਿਹੜਾ ਮੁੱਖ ਐਕਟਰਾਂ ਦੇ ਨਾਲ ਜਿਹੜਾ ਪੂਰਾ ਕੰਮ ਕੀਤਾ ਮੈਂ ਕਹੂੰਗਾ ਵੀ ਇਹ ਘੋੜੀਆਂ ਨਹੀਂ ਇਹ ਐਕਟਰੀ ਨੇ ਜਿੰਨਾ ਸਿੱਧੇ ਸਾਰੀ ਫਿਲਮ ਬਣੀ ਇਹਨਾਂ ਤੋਂ ਬਿਨਾ ਨਹੀਂ ਸੀ ਹੋ ਸਕਦਾ ਤੇ ਮੈਂ ਮਿਲਾਉਣਾ ਚਾਹੁੰਦਾ ਜੀ ਮੇਰੇ ਨਾਲ ਬਲਜੀਤ ਸ਼ਾਹ ਵੀਰ ਜੀ ਨੇ ਜਿਨ੍ਹਾਂ ਨੇ ਮੇਰੇ ਤੋਂ ਇਲਾਵਾ ਜਿਵੇਂ ਕਈ ਔਰ ਮੈਂ ਘਰ ਆ ਜਾਂਦਾ ਸੀ ਮੈਂ ਸ਼ੂਟਿੰਗ ਤੇ ਉੱਥੇ ਬਿਜ਼ੀ ਹੁੰਦਾ ਸੀ ਮੇਰੇ ਪਿੱਛੇ ਘੋੜੀਆਂ ਨੂੰ ਦੇਖਦੇ ਸੀ ਇਹਨਾਂ ਨੂੰ ਮੈਂ ਫੋਨ ਕਰਦਾ ਸੀ ਵੀ ਘੋੜੀਆਂ ਤਿਆਰ ਕਰੋ ਤੇ ਇਹਨਾਂ ਨੇ ਕਾਫੀ ਚੀਜ਼ਾਂ ਫੇਸ ਕੀਤੀਆਂ ਨੇ ਕੋ ਕਾਫੀ ਜ਼ਿਆਦਾ ਇਹਨਾਂ ਨੂੰ ਪਤਾ ਵਾ ਜੀ ਇਹ ਬਿਜ਼ਨਸ 파ਟਰਨ ਨੇ ਤੁਹਾਡੇ ਹਾਂਜੀ ਹਾਂਜੀ ਨਾਲ ਬਿਜ਼ਨਸ ਤੁਹਾਡਾ ਸਾਂਝਾ ਹੈ ਤੇ ਜੇ ਗੱਲ ਕਰੀਏ ਗੁਰਦੇਵ ਜੀ ਮੈਂ ਤੁਹਾਡੇ ਨਾਲ ਜਰੂਰ ਗੱਲ ਕਰਾਂਗਾ ਕਿ ਇਹ ਸਾਰਾ ਕੁਝ ਤੁਸੀਂ ਜਿਵੇਂ ਦੱਸਿਆ ਕਿ ਖੜਿਆ ਪਰ ਇਹਨਾਂ ਨੂੰ ਸਾਂਭਣ ਵਾਸਤੇ ਪੈਸਾ ਲੱਗਦਾ ਹੈ ਇਹਨਾਂ ਦੇ ਰਾਇਲ ਵਾਸਤੇ ਪੈਸਾ ਲੱਗਦਾ ਤੇ ਕੀ ਕੋਈ ਗੱਲਬਾਤ ਪੈਸੇ ਦੀ ਹੋਈ ਕਿ ਜਾਂ ਫਿਰ ਮੂੰਹ ਮਲਾਜੀ ਨਾਲ ਕੰਮ ਸਾਰਾ ਤੋਰਦਾ ਨਹੀਂ 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 ਕੋਈ ਵੀ ਕੰਮ ਹੈ ਜੀ ਕਮਰਸ਼ੀਅਲ ਹੀ ਹੈ ਕਿਉਂਕਿ ਫਿਲਮ ਨੇ ਵੀ ਦੇਖੋ ਕਰੋੜਾਂ ਰੁਪਏ ਲਾ ਕੇ ਫਿਲਮ ਬਣਾਈਆਂ ਤੇ ਇਹ ਵੀ ਬਜਟ ਉਹਨਾਂ ਦੇ ਇਨਕਲੂਡ ਹੀ ਹੁੰਦਾ ਵਿੱਚ ਉਹਦੇ ਤੇ ਅਸੀਂ ਵੀ ਉਹਨਾਂ ਨੂੰ ਦੱਸਿਆ ਸੀ ਵੀ ਸਾਡਾ ਤੇ ਬਿਜ਼ਨਸ ਅਸੀਂ ਵੀ ਕੰਮ ਕਰ ਰਹੇ ਆਂ ਆਪਣਾ ਘਰ ਦਾ ਸੋ ਇਹ ਚੀਜ਼ ਦਾ ਅਸੀਂ ਪੈਸੇ ਲਏ ਨੇ ਵਧੀਆ ਬਜਟ ਉਹਨਾਂ ਨੇ ਦਿੱਤਾ ਪਰ ਮੇਰੀ ਪਹਿਲੀ ਫਿਲਮ ਸੀਗੀ ਜਿੱਚ ਮੈਂ ਘੋੜੇ ਲੈ ਕੇ ਗਿਆ ਸੀ ਕਿਉਂਕਿ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਕਿ ਮੈਨੂੰ ਬਚਪਨ ਤੋਂ ਬੜਾ ਸ਼ੌਂਕ ਸੀ ਘੋੜਿਆਂ ਦਾ ਘੋੜਸਵਾਰੀ ਦਾ ਤੇ ਅੱਜ ਮੇਰੀ 33 ਸਾਲ ਉਮਰ ਹੈ ਤਾਂ ਮੈਨੂੰ ਲੱਗਦਾ ਮੈਂ 5 6 ਸਾਲ ਦਾ ਸੀ ਜਦੋਂ ਦਾ ਮੈਂ ਫਿਲਮਾਂ 'ਚ ਘੋੜੇ ਵੇਖਦਾ ਤੇ ਉਹ ਵੇਖ-ਵੇ ਕੇ ਸ਼ੌਂਕ ਆ ਤੇ ਸੋਚਦਾ ਸੀ ਯਾਰ ਕਿਤੇ ਮਤਲਬ ਵੇਖੀਏ ਤੇ ਵੇਖ ਕੇ ਸ਼ੌਂਕ ਪੈ ਗਿਆ ਪਰ ਮੈਨੂੰ ਲੱਗਦਾ ਸ਼ਾਇਦ ਬਚਪਨ ਦਾ ਕਿਤੇ ਸੁਪਨਾ ਅੱਜ ਪੂਰਾ ਆ ਕਿ ਜਿੰਨਾ ਫਿਲਮਾਂ 'ਚ ਘੋੜੇ ਵੇਖ ਕੇ ਸ਼ੌਂਕ ਪਿਆ ਅ ਬਚਪਨ ਦਾ ਸੁਪਨਾ ਪੂਰਾ ਹੋਇਆ ਸੋ ਤੁਹਾਨੂੰ ਅੱਜ ਗੁਰਦੇਵ ਜੀ ਤੁਹਾਡੇ ਸਾਥੀ ਨਾਲ ਵੀ ਅਸੀਂ ਨਾਲ-ਨਾਲ ਗੱਲ ਕਰਾਂਗੇ ਆਜੋ ਭਾਜੀ ਸੋ ਸਾਡੇ ਨਾਲ ਬਲਜੀਤ ਸਿੰਘ ਜੀ ਸਾਹ ਮੌਜੂਦ ਨੇ ਜੋ ਗੁਰਦੇਵ ਸਿੰਘ ਹੋਣਾ ਦੇ ਘੋੜੀਆਂ ਦੇ ਕੰਮ ਦੇ ਵਿੱਚ ਪਾਰਟਨਰ ਨੇ ਸਾਜੀ ਕਿਵੇਂ ਗੱਲ ਕਰੀਏ ਕਿ ਤੁਸੀਂ ਆਫਰ ਮਿਲੀ ਤੁਹਾਨੂੰ ਇੱਕ ਫਿਲਮ ਦੇ ਵਿੱਚ ਕੰਮ ਕਰਨ ਦੀ ਤੁਹਾਡੇ ਬਿਜ਼ਨਸ ਨੂੰ ਕੰਮ ਮਿਲੀ ਤੁਹਾਡੀਆਂ ਘੋੜੀਆਂ ਨੂੰ ਮਿਲੀ ਕਿਵੇਂ ਦਾ ਰਿਸਪਾਂਸ ਮਿਲਿਆ ਤੇ ਕਿਵੇਂ ਦਾ ਲੱਗਾ ਉਹਦੇ ਵਿੱਚ ਕੰਮ ਕਰਕੇ ਸਾਨੂੰ ਬਹੁਤ ਵਧੀਆ ਲੱਗਾ ਜੀ ਉਹ ਵੀ ਇੱਕ ਪੰਜਾਬੀ ਫਿਲਮ ਜਿਹੜੀ ਵੱਖਰੇ ਤੌਰ ਤੇ ਬਣੀ ਉਹਦੇ ਵਾਸਤੇ ਸਾਨੂੰ ਮੌਕਾ ਮਿਲਿਆ ਤੇ ਅਸੀਂ ਧੰਨਵਾਦ ਕਰਦੇ ਆਂ ਭਾਜੀ ਕਾਰਜੀ ਜੀ ਹਣਾਂ ਦਾ ਗਿੱਲ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਤੇ ਅਸੀਂ ਉੱਤੇ ਪੂਰੇ ਉੱtre ਤੇ ਉਹ ਵੀ ਬਹੁਤ ਵਧੀਆ ਬੰਦੇ ਨੇ ਜੀ ਤੇ ਮੈਂ ਵਧਾਈ ਦੇਣਾ ਜੀ ਉਹਨਾਂ ਨੂੰ ਵੀ ਫਿਲਮ ਬਹੁਤ ਵਧੀਆ ਚੱਲ ਰਹੀ ਜਾਣਾ ਅੱਛਾ ਜੀ ਗੱਲ ਕਰੀਏ ਜਿਵੇਂ ਦੱਸਿਆ ਗੁਰਦੇਵ ਸਿੰਘ ਨੇ ਕਿ ਤੁਸੀਂ ਲਗਾਤਾਰ 70 ਦਿਨ ਇਹਨਾਂ ਨੇ ਉਹ ਫਿਲਮ ਦੇ ਵਿੱਚ ਉੱਥੇ ਕੰਮ ਕੀਤਾ ਘੋੜੀਆਂ ਵੀ 70 ਦਿਨ ਤੱਕ 12-13 ਜੀਆਂ ਘੋੜੀਆਂ ਸੀ ਉਹ ਤੁਹਾਡੀਆਂ ਖੜੀਆਂ ਤਾਂ ਤੁਸੀਂ ਉਹਨੇ ਦਿਨ ਨਾਲ ਹੀ ਰਹੇ ਉੱਥੇ ਬਿਲਕੁਲ ਜੀ ਨਾਲ ਹੀ ਰਿਆਂ ਜੀ ਮੈਂ ਜ਼ਿਆਦਾ ਦਿਨ ਮੈਂ ਹੀ ਰਿਆਂ ਜੀ ਉੱਥੇ ਅੱਛਾ ਹਾਂ ਗੁਰਦੇਵ ਨੂੰ ਮਤਲਬ ਹੋਰ ਵੀ ਸਾਡੇ ਕੰਮ ਆਗੇ ਹੀ ਪਿੱਛੇ ਮਤਲਬ ਘੋੜੀਆਂ ਦਾ ਸੇਲ ਪਰਚੇਜ ਦਾ ਹੀ ਕੰਮ ਕਰਦੇ ਸੀ ਤੇ ਸਾਨੂੰ ਇੱਥੇ ਆਉਣਾ ਪੈਂਦਾ ਸੀ ਫਿਰ ਗੁਰਦੇਵ ਹੀ ਜ਼ਿਆਦਾ ਆਉਂਦਾ ਸੀ ਮੈਂ ਤੇ ਉੱਥੇ ਹੀ ਰਹਿੰਦਾ ਸੀ ਨਕਲ 2 2 ਮਹੀਨੇ ਜਿਹੜੇ ਸੀ ਉਹ ਰਾਜਸਥਾਨ ਦੇ ਕਲਰਾਂ ਵਿੱਚ ਹੀ ਕੱਟਿਆ ਬਿਲਕੁਲ ਜੀ ਬਿਲਕੁਲ ਜੀ ਰੇਤਾ ਜੀ ਸਾਜੀ ਕਦੀ ਮਹਿਸੂਸ ਕੀਤਾ ਸੀ ਕਿ ਤੁਸੀਂ ਅਜ ਨਾਲ ਦੇ ਲਾਗੇ ਛੋਟਾ ਜਿਹਾ ਪਿੰਡ ਹੈ ਉੱਥੋਂ ਬਿਲੋਂਗ ਕਰਦੇ ਹੋ ਐਮੀ ਵਰਕ ਦੀ ਫਿਲਮ ਦੇ ਵਿੱਚ ਤੁਹਾਡੇ ਘੋੜੇ ਜਾਣਗੇ ਤੁਹਾਨੂੰ ਉਹਨਾਂ ਨੂੰ ਨਜ਼ਦੀਕ ਤੋਂ ਸਾਰੇ ਐਕਟਰਾਂ ਨੂੰ ਵੇਖਣ ਦਾ ਮੌਕਾ ਮਿਲੂਗਾ ਨਹੀਂ ਬਿਲਕੁਲ ਨਹੀਂ ਜੀ ਸਾਨੂੰ ਕੋਈ ਇਹੋ ਜਿਹਾ ਨਹੀਂ ਅਸੀਂ ਤਾਂ ਸੁਪਨੇਂ ਵੀ ਨਹੀਂ ਸੋਚ ਸਕਦੇ ਕਿ ਸਾਨੂੰ ਇਸ ਤਰ੍ਹਾਂ ਦਾ ਮੌਕਾ ਮਿਲੂਗਾ ਤੇ ਬਸ ਉਹ ਰੱਬ ਦੀ ਰਜਾ ਜੀ ਜਿਵੇਂ ਜਿਵੇਂ ਹੋਈਆ ਆਪਾਂ ਕਰੀ ਗਏ ਦੀ ਵਧੀਆ ਆ ਸਭ ਕੁਝ ਤੁਹਾਡੇ ਫਾਰਮ ਦੇਖਿਆ ਤੁਸੀਂ ਘੋੜਿਆਂ ਦੀ ਦੇਖਭਾਲ ਬੜਾ ਉੱਥੇ ਕਈ ਤਰ੍ਹਾਂ ਦੇ ਉਹਨਾਂ ਦੇ ਵਾਸਤੇ ਪ੍ਰੋਡਕਟ ਰੱਖੇ ਖਾਣ ਵਾਸਤੇ ਪਰ ਰਾਜਸਥਾਨ ਦੇ ਵਿੱਚ ਤੁਸੀਂ ਇਹ ਸਾਰਾ ਕਿਵੇਂ ਮੈਨੇਜ ਕਰ ਰਹੇ ਸੀਗੇ ਵੇਖੋ ਜੀ ਉਹ ਸਾਰਾ ਕੁਝ ਆਪਾਂ ਇੱਥੋਂ ਲੈ ਕੇ ਗਏ ਸੀ ਪੰਜਾਬ ਤੋਂ ਹੀ ਜੀ ਪੰਜਾਬ ਤੋਂ ਲੈ ਕੇ ਗਏ ਪੰਜਾਬ ਤੋਂ ਲੈ ਕੇ ਗਏ ਸੀ ਤਾਂ ਐਮੀ ਵਿਰਕ ਜਦੋਂ ਘੋੜੇ ਕੁੜੇ ਲੈਣ ਆਉਂਦੇ ਸੀ ਐਮੀ ਵਿਰਕ ਕੀ ਕਹਿੰਦਾ ਹੁੰਦਾ ਸੀ ਉਹਨਾਂ ਕੀ ਕਹਿਣਾ ਜੀ ਉਹਨਾਂ ਨੇ ਅ ਬਸ ਹਾਂ ਵੀ ਮਣਿਓ ਹਾਂ ਕਿਵੇਂ ਆ ਕਰੋ ਤਿਆਰੀ ਫਿਰ ਅੱਛਾ ਠੀਕ ਆ ਜੀ ਭਾਜੀ ਹੋ ਗਈ ਤਿਆਰੀ ਤੇ ਬੜਾ ਵਧੀਆ ਉਹਨਾਂ ਨੇ ਮਤਲਬ ਰਾਈਡ ਕੀਤੀ ਆ ਜਾਂ ਮਤਲਬ ਸਾਨੂੰ ਇਹ ਲੱਗਿਆ ਹੀ ਨਹੀਂ ਕਿ ਕੋਈ ਆਰਟਿਸਟ ਜਿਹੜਾ ਵਾ ਉਹ ਪਹਿਲ ਮਤਲਬ ਬਿਨਾ ਸਿੱਖਣ ਤੋਂ ਆਇਆ ਹੋਊਗਾ ਉਥੇ ਹਾਂ ਸਾਰੇ ਬੰਦੇ ਵਧੀਆ ਹੀ ਸਾਰੇ ਹੀ ਸਿੱਖ ਕੇ ਆਏ ਹੈਗੇ ਹੀ ਜੀ ਤੇ ਮਤਲਬ ਸਾਬ ਨੇ ਵਧੀਆ ਸਾਥ ਦਿੱਤਾ ਐਮੀ ਵਿਰਕਣਾ ਗੱਲ ਕੀਤੀ ਸੀ ਕਿੰਦਾ ਮੈਂ ਨਿੱਕਾ ਹੁੰਦਾ ਹੀ ਘੋੜੀ ਤੇ ਚੜਿਆ ਸੀ ਤੇ ਉਸ ਤੋਂ ਬਾਅਦ ਅੱਜ ਚੜਿਆ ਘੋੜੀ ਤੇ ਹਾਂਜੀ ਹਾਂਜੀ ਤੇ ਕਿੰਨਾ ਕਿ ਉਹਨੂੰ ਔਖਾ ਲੱਗਦਾ ਸੀ ਜਦੋਂ ਘੋੜੀ ਲੈ ਕੇ ਜਾਂਦਾ ਸੀ ਉੱਤੇ ਚੜਨ ਲੱਗਿਆਂ ਡਿਗਵੇ ਹੀ ਕਦੀ ਵਾਰਕ ਨਹੀਂ ਲੱਗਦੇ ਸੀਗੇ ਉਹ ਭਾਜੀ ਉਹ ਤਾਂ ਚਲੋ ਥੋੜਾ ਬੁਤਾ ਕਰੇ ਹੋ ਹੀ ਜਾਂਦਾ ਵਾ ਕਿਸੇ ਵਾਲੇ ਘੋੜੀ ਕੋਈ ਇਸ ਤਰ੍ਹਾਂ ਦੀ ਹੋ ਜਾਂਦੀ ਆ ਜਾਂ ਕੋਈ ਇਸ ਤਰ੍ਹਾਂ ਦਾ ਹੋ ਜਾਂਦਾ ਬਾਕੀ ਨਹੀਂ ਕੋਈ ਨਹੀਂ ਐਡਾ ਮੁਸ਼ਕਲ ਨਹੀਂ ਆਈ ਕੋਈ ਆਪਾਂ ਨੂੰ ਕੋਈ ਅੱਜਾਂ ਕਹਦੀਏ ਕਿ ਬੜੀ ਜਿਆਦੀ ਮੁਸ਼ਕਲ ਆਈ ਆ ਨਹੀਂ ਕੋਈ ਮੁਸ਼ਕਲ ਨਹੀਂ ਆਈ ਉਹਨਾਂ ਨੂੰ ਫਿਲਮ ਦੇਖੀ ਹੋ ਤੁਸੀਂ ਜਦੋਂ ਹਾਂ ਫਿਲਮ ਵੇ ਅੱਖਾਂ ਸਾਹਮਣੇ ਸਾਰੀ ਹਣੀਆ ਜੀ ਅੱਛਾ ਤੇ ਤੁਸੀਂ ਪੁਰਾਣੀ ਫਿਲਮਾਂ ਵਿੱਚ ਦੇਖਿਆ ਹੋਣ ਗਿਆ ਡਿਫਰੈਂਸ ਕੀ ਹੈਗਾ ਪੁਰਾਣੀਆਂ ਫਿਲਮਾਂ ਦੇ ਵਿੱਚ ਤੇ ਇਸ ਨਵੀਂ ਫਿਲਮ ਮੋੜ ਦੇ ਵਿੱਚ ਵੇਖੋ ਜੀ ਇਹ ਚ ਨਾ ਸਾਰਾ ਪੁਰਾਣਾ ਮਤਲਬ ਜੋ ਪੁਰਾਣੇ ਸਮੇਂ ਦੇ ਵਿੱਚ ਜੋ ਕੁਝ ਹੁੰਦਾ ਸੀ ਉਹ ਉਸ ਹਿਸਾਬ ਦਾ ਵਿਖਾਇਆ ਗਿਆ ਵਾ ਜਿਵੇਂ ਤੁਸੀਂ ਲੋਕ ਉਹਨਾਂ ਦੀ ਉਹ ਵੀ ਡਾਕੂਆਂ ਵਾਲੀ ਵਿਖਾਈ ਗਈ ਆ ਫਿਰ ਅੰਗਰੇਜ਼ ਜਿਹੜੇ ਵਿਖਾਏ ਗਏ ਪੁਲਿਸ ਵਾਲੇ ਉਹ ਵੀ ਉਸ ਟਾਈਮ ਦੇ ਵਿਖਾਏ ਗਏ ਹਨ ਤੇ ਇਹ ਬਾਕੀ ਨਾ ਹਰ ਫਿਲਮ ਦੇ ਵਿੱਚ ਕਿਸ ਨੇ ਸ਼ੇਪ ਕੀਤੀ ਹੁੰਦੀ ਆ ਕਿਸ ਨੇ ਕੁਝ ਕਿ ਮੁਸ਼ਾ ਰੱਖੀਆਂ ਇਥੇ ਸਭ ਕੁਝ ਪ੍ਰੋਪਰ ਉਹਨਾਂ ਨੇ ਮੇਨਟੇਨ ਕਰਕੇ ਰੱਖਿਆ ਸੀ ਤੇ ਸਭ ਕੁਝ ਵਧੀਆ ਪੁਰਾਣਾ ਜੋ ਪੁਰਾਣੇ ਸਮੇਂ ਦੇ ਵਿੱਚ ਜੋ ਡਾਕੂ ਰੀਅਲ ਦੇ ਵਿੱਚ ਹੈਗੇ ਹੀ ਉਹੀ ਵਿਖਾਏ ਗਏ ਚ ਗੱਲ ਕਰੀ ਸ਼ਾਜੀ ਜਿਸ ਤਰ੍ਹਾਂ ਗੁਰਦੇਵ ਦੀ ਗੱਲ ਕਰੀਏ ਤਾਂ ਉਹਨਾਂ ਦਾ ਫਿਲਮ ਦੇ ਵਿੱਚ ਕਾਫੀ ਉਹਨਾਂ ਨੇ ਸ਼ੂਟ ਕੀਤਾ ਉਹਨਾਂ ਦੇ ਰੋਲ ਵੀ ਹੈਗੇ ਆ ਤੁਹਾਨੂੰ ਨਹੀਂ ਕਿਸੇ ਆਰਟਿਸਟ ਨੇ ਕਿਹਾ ਜੀ ਤੁਹਾਨੂੰ ਪ੍ਰੋਡੂਸਰ ਸਾਹਿਬ ਨੇ ਕਿਹਾ ਵੀ ਆਓ ਜੀ ਸ਼ਾਜੀ ਤੁਹਾਡੀ ਵੀ ਸ਼ੂਟਿੰਗ ਕਰੀਏ ਤੁਸੀਂ ਵੀ ਬੜੀ ਮਿਹਨਤ ਕਰ ਰਹੇ ਹੋ ਨਾ ਨਹੀਂ ਮੈਨੂੰ ਤੇ ਬਹੁਤ ਕਿਹਾ ਜੀ ਉਹਨਾਂ ਅੱਛਾ ਪਰ ਮੇਰਾ ਮਨ ਨਹੀਂ ਕੀਤਾ ਜੀ ਮੈਂ ਕਿਹਾ ਜੀ ਗੁਰਦੇਵ ਸਿੰਘ ਹੀ ਕਰੂਗਾ ਮੇਰਾ ਭਰਾ ਮੈਂ ਜੀ ਇਹਨਾਂ ਦੀ ਘੋੜਿਆਂ ਦੀ ਦੇਖਭਾਲ ਵੀ ਫਿਰ ਕਰਨੀ ਹੁੰਦੀ ਆ ਜੀ ਜਿਵੇਂ ਉਹ ਹੁਣ 20 ਕਿਲੋਮੀਟਰ ਤੋਂ ਜਿੱਥੇ ਆਪਾਂ ਖੜੇ ਆ ਇਥੋਂ 20 ਕਿਲੋਮੀਟਰ ਲੈ ਕੇ ਜਾਣੇ ਆ ਘੋੜੇ ਫਿਰ ਸ਼ਾਮ ਨੂੰ ਫਿਰ ਵਾਪਸ ਲਿਆਉਣੇ ਆ ਉਹਨਾਂ ਟਰੈਵਲਿੰਗ ਕਰਾਉਣੀ ਆ ਤੇ ਉਹਦੀ ਜ਼ਿੰਮੇਵਾਰੀ ਮੇਰੀ ਹੁੰਦੀ ਹੈ ਜੀ 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 ਗੱਲ ਕਹੀਏ ਜਿਵੇਂ ਨਾ ਕੋਈ ਮੈਂ ਵੱਡੇ ਐਕਟਰਾਂ ਦੀ ਗੱਲ ਕਰਾਂ ਵੱਡੇ ਐਕਟਰ ਜਿਹੜੀ ਕੋਈ ਚੀਜ਼ ਵੇਚਦੇ ਨੇ ਉਹ ਲੱਖਾਂ ਕਰੋੜਾਂ ਚ ਵੇਖ ਜਾਂਦੀ ਹੈ ਕਿਉਂਕਿ ਉਹ ਆਰਟਿਸਟਾਂ ਨਹੀਂ ਵਰਤੀ ਹੁੰਦੀ ਆ ਐਕਟਰਾਂ ਨੇ ਵਰਤੀ ਹੁੰਦੀ ਆ ਜਿਵੇਂ ਤੁਸੀਂ ਘੋੜੀ ਦਾ ਸੜਿਓ ਕਿ ਫਿਲਮ ਦੇ ਵਿੱਚ ਮੁੱਖ ਰੋਲ ਨਿਭਾ ਚੁੱਕੀ ਆ ਐਮੀ ਦੇ ਕੋ ਘੋੜੀ ਤੇ ਚੜ ਕੇ ਜਾਂਦੇ ਰਹੇ ਉਹਨਾਂ ਨੇ ਉਹ ਘੋੜੀ ਵਰਤੀ ਆ ਲੱਗਦਾ ਘੋੜੀਆਂ ਦਾ ਰੇਟ ਵਧ ਜੂ ਇਹਦੇ ਨਾਲ ਨਹੀਂ ਇੱਕ ਯਾਦਗਾਰ ਹੁੰਦੀ ਆ ਨਾ ਨਹੀਂ ਯਾਦਗਾਰ ਤੇ ਚਲੋ ਹੁੰਦੀ ਆ ਬਾਕੀ ਸਮਾਈਆਂ ਜੀ ਜਿਵੇਂ ਦਾ ਆਜੂਗਾ ਵੇਖ ਲਾਂਗੇ ਜੀ ਦਸ਼ਕਾ ਨੂੰ ਕੀ ਕਹਿਣਾ ਚਾਹੋਗੇ ਫਿਲਮ ਕਾਫੀ ਜਿਹੜੀ ਆ ਪੰਜਾਬ ਦੇ ਕਲਚਰ ਨਾਲ ਜੁੜੀ ਹੋਈ ਸੀ ਪਿੰਡੂ ਕਲਚਰ ਨਾਲ ਜੁੜੀ ਹੋਈ ਂ ਘੋੜੀਆਂ ਪਹਿਰਾਵਾ ਵਰਤਿਆ ਗਿਆ ਹਾਂਜੀ ਮੈਂ ਮਤਲਬ ਸਾਰਿਆਂ ਨੂੰ ਕਹਿੰਦਾ ਕਿ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਆ ਤੁਹਾਨੂੰ ਜਾ ਕੇ ਸਿਨੇਮਾ ਘਰਾਂ ਦੇ ਵਿੱਚ ਤੇ ਇਹ ਇੱਕ ਵੱਖਰੀ ਤਰ੍ਹਾਂ ਦੀ ਫਿਲਮ ਬਣਾਈ ਗਈ ਆ ਮੇਰੇ ਨਾਲ ਗੁਰਦੇਵ ਸਿੰਘ ਨੇ ਕਰੀ ਫਿਰ ਜਦੋਂ ਗੁਰਦੇਵ ਸਿੰਘ ਜੀ ਜਿਵੇਂ ਗੱਲ ਕਰੀਏ ਮੈਂ ਸ਼ਾਹ ਜੀ ਨਾਲ ਵੀ ਗੱਲ ਕੀਤੀ ਹੈ ਤੇ ਇਹਦੇ ਵਿੱਚ ਤੁਸੀਂ ਮੰਨਦੇ ਹੋ ਦੋਵਾਂ ਭਰਾਵਾਂ ਨੇ ਰਲ ਕੇ ਤੁਸੀਂ ਫਿਲਮ ਦੇ ਵਿੱਚ ਭੂਮਿਕਾ ਵੀ ਚੰਗੀ ਨਿਭਾਈ ਸਾਥ ਵੀ ਦਿੱਤਾ ਖਾਸ ਕਰਕੇ ਪੰਜਾਬ ਦਾ ਕਲਚਰ ਤੁਸੀਂ ਲੈ ਕੇ ਗਏ ਸਾਰੀ ਫਿਲਮ ਦੇ ਵਿੱਚ ਤੇ ਗੱਲ ਕਰੀਏ ਕਿ ਤੁਸੀਂ ਮੰਨਦੇ ਹੋ ਕਿ ਫਿਲਮ ਦੇ ਵਿੱਚ ਜੋ ਘੋੜੀਆਂ ਨੇ ਰੋਲ ਨਿਭਾਇਆ ਉਹ ਬਿਲਕੁਲ ਠੀਕ ਸੀਗਾ ਘੋੜੀਆਂ ਨੇ ਸਹੀ ਤਰੀਕੇ ਨਾਲ ਕੰਮ ਕੀਤਾ ਹਾਂਜੀ ਬਿਲਕੁਲ ਕੰਮ ਠੀਕ ਹੋਇਆ ਪਰ ਜਿੰਨਾ ਕ ਮੈਨੂੰ ਨੌਲੇਜ ਹੈ ਘੋੜਿਆਂ ਬਾਰੇ ਜਾਂ ਘੋੜਿਆਂ ਦੀ ਰਾਈਡਿੰਗ ਬਾਰੇ ਕਹ ਲਓ ਘੋੜਿਆਂ ਦੇ ਨਾ ਇਤੋਂ ਜ਼ਿਆਦਾ ਵੀ ਕੰਮ ਹੋ ਸਕਦਾ ਸੀ ਕਿਉਂਕਿ ਮੈਂ ਉਹਨਾਂ ਦੋਸਤਾਂ ਨੂੰ ਵੀ ਇਹ ਮੈਸੇਜ ਦੇਣਾ ਚਾਹੁੰਦਾ ਜਿਹੜੇ ਸੋਚ ਰਹੇ ਨੇ ਕਿ ਅੱਗੇ ਜਾ ਕੇ ਅਸੀਂ ਫਿਲਮਾਂ 'ਚ ਘੋੜੇ ਵਰਤਾਂਗੇ ਸੋ ਘੋੜਿਆਂ ਨੂੰ ਦਿਖਾਉਣਾ ਘੋੜਿਆਂ ਦੀ ਬਿਊਟੀ ਨੂੰ ਦਿਖਾਉਣਾ ਇਹਨਾਂ ਦਾ ਕੰਮ ਦਿਖਾਉਣਾ ਜੇ ਘੋੜਿਆਂ ਦੇ ਉੱਤੇ ਰਾਈਡਿੰਗ ਕਰਨੀ ਹੈ ਜਾਂ ਘੋੜਿਆਂ ਦੇ ਭੱਜਣ ਦੇ ਸ਼ਾਟ ਸੀਗੇ ਉਹ ਜਿਹੜੇ ਨੇ ਇਹ ਤੁਸੀਂ ਕਹਿ ਲਓ ਵੀ ਜ਼ਰੂਰੀ ਸੀ ਅੱਗੇ ਹੋਰ ਕੰਮ ਜਿਹੜਾ ਦਿਖਾਉਣਾ ਜ਼ਰੂਰੀ ਸੀਗਾ ਵੀ ਇਹਦੇ ਵਿੱਚ ਹੁਣ ਇੱਕ ਚੰਗਾ ਘੋੜਸਵਾਰ ਜਿਹੜਾ ਆ ਉਹ 65 ਇੰਚ ਦੀ ਘੋੜੀ ਤੇ ਜੇ ਸ਼ਾਲ ਮਾਰ ਕੇ ਥੱਲੋਂ ਬੈਠੂਗਾ ਹੁਣ ਪੁਰਾਣੇ ਲੋਕ ਤੁਹਾਨੂੰ ਪਤਾ ਘੋੜਿਆਂ ਦੇ ਪਲਾਕੀ ਮਾਰ ਕੇ ਵਹਿੰਦੇ ਸੀ ਆਪਣੇ ਤੇ ਲਵਜ ਵਰਦੇ ਨਾ ਵੀ ਘੋੜੇ ਦੇ ਪਲਾਕੀ ਮਾਰ ਕੇ ਇੱਥੋਂ ਖੜੇ ਖੜੇ ਸ਼ਾਲ ਮਾਰ ਕੇ ਉੱਪਰ ਬਹਿ ਜਾਂਦੇ ਆ ਜੇ ਉਹ ਚੀਜ਼ਾਂ ਵੀ ਦਿਖਾਈਆਂ ਜਾਂਦੀਆਂ ਨੰਗੀ ਪੇਟ ਇੱਕ ਸੀਨ ਇਹਨਾਂ ਨੇ ਲਿਖਿਆ ਸੀਗਾ ਕਿ ਘੋੜੀ ਨਾ ਤਾਂ ਲਗਾਮ ਨਹੀਂ ਪਈ ਹੋਈ ਕਾਠੀ ਨਹੀਂ ਵੀ ਘੋੜੀ ਪੱਠੇ ਖਾ ਰਹੀ ਆ ਚੰਨ ਕਿ ਇੱਕ ਜ਼ਰੂਰੀ ਆ ਚਤਰੇ ਨੂੰ ਮੈਸੇਜ ਆਉਂਦਾ ਵੀ ਤੂੰ ਜਾ ਕੇ ਸੁਣਾ ਦੇਣਾ ਉਹ ਪੱਠੇ ਖਾਂਦੀ ਖਾਂਦੀ ਘੋੜੀ ਤੇ ਨੰਗੇ ਪੇਟ ਸ਼ਾਲ ਮਾਰ ਕੇ ਬਹਿ ਕੇ ਭਜਾ ਲੰਦਾ ਉਹ ਚੀਜ਼ਾਂ ਨਾ ਲਿ ਉਹ ਸੋਚਦੇ ਸੀ ਯਾਰ ਕਿ ਗਲਤ ਨਾ ਹੋ ਜੇ ਕਿਤੇ ਸਾਡਾ ਆਰਟਿਸਟ ਡਿਗਣਾ ਪਵੇ ਜਾਂ ਕੋਈ ਨੁਕਸਾਨ ਨਾ ਹੋਵੇ ਹਾਂ ਉਹ सीन ਹੋ ਸਕਦਾ ਸੀ ਪਰ ਉਹਦੇ ਲਈ ਮਿਹਨਤ ਲੱਗਣੀ ਸੀ ਟਾਈਮ ਲੱਗਣਾ ਸੀ ਰਿਸਕ ਵੀ ਸੀਗਾ ਪ੍ਰੈਕਟਿਸ ਵੀ ਕਰਨੀ ਪੈਣੀ ਸੀ ਸੋ ਇਸ ਫਿਲਮ ਦੇ ਵਿੱਚ ਟਾਈਮ ਘੱਟ ਸੀ ਕੰਮ ਜ਼ਿਆਦਾ ਸੀ ਸੋ ਸਾਰੀਆਂ ਡਿਪਾਰਟਮੈਂਟਸ ਸੀ ਸਾਰਿਆਂ ਨੂੰ ਮੈਨੇਜ ਕਰਕੇ ਨਾ ਕੀਤਾ ਪਰ ਮੈਂ ਤੇ ਇਹ ਗੱਲ ਕਹਣਾ ਵੀ ਜੋ ਕੰਮ ਕੀਤਾ ਚੰਗਾ ਵਾ ਇਸ ਤੋਂ ਜ਼ਿਆਦਾ ਚੰਗਾ ਦਿਖਾਇਆ ਜਾ ਸਕਦਾ ਸੀ ਇਸ ਤੋਂ ਜ਼ਿਆਦਾ ਚੰਗਾ ਕੰਮ ਹੋ ਸਕਦਾ ਸੀ ਸੋ ਅੱਗੇ ਜਿਹੜੇ ਕੋਈ ਵੀਰ ਚਾਹੁੰਦੇ ਨੇ ਕਿਉਂਕਿ ਦੇਖੋ ਫਿਲਮ ਦੇ ਵਿੱਚ ਜਿਵੇਂ ਬਾਕੀ ਡਿਪਾਰਟਮੈਂਟ ਹੈ ਕੋਸਟਿਊਮ ਵਾਲਾ ਤੇ ਕੋਸਟਿਊਮ ਦੇ ਇੱਕ ਡ्रेस ਡਿਜ਼ਾਈਨਰ ਮੌਕੇ ਤੇ ਹੁੰਦੇ ਨੇ ਜੇ ਮੇਕਅਪ ਆ ਤਾਂ ਮੇਕਅਪ ਵਾਲੇ ਹੁੰਦੇ ਨੇ ਜੇ ਆਰਟ ਤਾਂ ਆਰਟ ਆ ਜੇ ਐਕਸ਼ਨ ਹੋ ਰਿਹਾ ਤੇ ਐਕਸ਼ਨ ਡਾਇਰੈ ਰਹਿੰਦਾ ਕੋਈ ਵੀ ਐਕਸ਼ਨ ਆ ਫਾਈਟ ਆਫ ਐਕਸ਼ਨ ਡਾਇਰੈਕਸ਼ਨ ਅਲੱਗ ਦੱਸਦਾ ਇਦਾਂ ਹੀ ਘੋੜਿਆਂ ਦੇ ਡਿਪਾਰਟਮੈਂਟ 'ਚ ਵੀ ਘੋੜਿਆਂ ਦਾ ਵੀ ਐਕਸ਼ਨ ਮਾਸਟਰ ਹੁੰਦਾ ਹੋਣਾ ਚਾਹੀਦਾ ਬਹੁਤ ਸਾਰੀਆਂ ਹਿੰਦੀ ਫਿਲਮਾਂ ਦੇਖੀਆਂ ਗੁਰਦੇਵ ਜੀ ਬੜਾ ਉੱਚ ਘੋੜਾ ਵਰਤਿਆ ਜਾਂਦਾ ਹੈ ਪਰ ਪੰਜਾਬ ਦੇ ਵਿੱਚ ਕਾਫੀ ਸਮੇਂ ਬਾਅਦ ਐਸੀ ਫਿਲਮ ਆਈ ਹੈ ਜਿਦੇ ਵਿੱਚ ਘੋੜੇ ਵਰਤੇ ਗਏ ਆ ਤੇ ਫਿਲਮ ਲੋਕੀ ਸੋਚ ਰਹੇ ਆ ਇਸ ਟਾਈਮ ਤੇ ਵੀ ਫਿਲਮ ਯਾਰ ਵੇਖਣੀ ਚਾਹੀਦੀ ਹੈ ਫਿਰ ਉਹਦੇ ਵਿੱਚ ਹੈ ਕੀ ਆ ਕਿਹੜੀ ਚੀਜ਼ ਪਾ ਦਿੱਤੀ ਐ ਇਸ ਸਮੇਂ ਐਮੀ ਵਿਰਕ ਨੇ ਡਾਇਰੈਕਟਰ ਸਾਹਿਬ ਨੇ ਕੀ ਕਹਿਣਾ ਚਾਹੋਗੇ ਫਿਲਮ ਵੇਖਦੇ ਆ ਨਾ ਜਦੋਂ ਤੇ ਮੈਂ ਤਾਂ ਇਸ ਫਿਲਮ ਦੇ ਵਿੱਚ ਹੀ ਖੁੱਬ ਜਾ ਤਿੰਨ ਵਾਰ ਫਿਲਮ ਵੇਖੀ ਹੈ ਤੇ ਮੈਨੂੰ ਲੱਗਦਾ ਦੋ ਵਾਰ ਹਲੇ ਹੋਰ ਜਾਊਂਗਾ। ਹਮ। ਪਰ ਜਦੋਂ ਫਿਲਮ ਵੇਖਦਾ ਮੈਂ ਉਸ ਸਮੇਂ ਚ ਚਲੇ ਜਾਂਦਾ। ਹਮ। ਤੁਸੀਂ ਫਿਲਮ ਦੇਖੋਗੇ ਤਾਂ ਬੈਕਗ੍ਰਾਉਂਡ ਹੋਰ ਇੰਨਾ ਵਧੀਆ ਕੋਈ ਵੀ ਇੱਕ ਚੀਜ਼ ਜਦੋਂ ਸੀਨ ਰਿਵੀਲ ਹੁੰਦਾ ਉਹਦਾ ਬੈਕਗ੍ਰਾਉਂਡ ਸੀਨ ਆਉਂਦਾ ਤੇ ਉਹਦਾ ਅਲੱਗ ਸੁਆਦ ਹੈ। ਜਦੋਂ ਡਾਇਲੌਗਸ ਬੋਲਦੇ ਨੇ ਡਾਇਲੌਗ ਇੰਨੇ ਇੱਕ ਜਿਆਦਾ ਬਰੀਕ ਹੈ ਜੇ ਮਦਰ ਨੇ ਕਰੈਕਟਰ ਕੀਤਾ ਮਦਰ ਨੇ ਡਾਇਲੌਗ ਬੋਲੇ ਆਪਣੇ ਬੱਚੇ ਲਈ ਉਸ ਵਿੱਚ ਫੀਲ ਆ ਉਹ ਡਾਇਲੌਗ ਦੀ ਇੱਕ ਸੈਂਸ ਆ। ਹੁਣ ਇੱਕ ਸਾਗ ਕਰਕੇ ਸਾਰਾ ਚੱਕਰ ਪਿਆ ਉਹ ਆਪਣੀ ਪਹਿਲੀ ਦਾ ਸਾਗ ਸੀ ਪਰ ਉਹ ਜ਼ਿੰਮੇਦਾਰਾਂ ਦੇ ਥੱਲੇ ਸੀ ਕਹ ਲੋ ਵੀ ਜਾਂ ਕਰਜਾਈ ਸੀ ਉਹ ਤੇ ਉਹਨਾਂ ਪਹਿਲੀ ਦਿੱਤੀ ਸੀ ਉਹਨਾਂ ਨੂੰ ਸਾਰਾ ਸਾਗ ਤੋੜ ਤੋ ਸਿਆਪਾ ਸਾਗ ਤੋੜਿਆ ਤੇ ਉਹ ਇੱਕ ਮਾਂ ਆਪਣੇ ਪੁੱਤ ਦੇ ਗੱਲ ਆ ਕੇ ਕਹਿੰਦੀ ਪੁੱਤ ਜੇ ਮੈਂ ਸਾਗ ਇੱਕ ਸਾਗ ਤੋੜੇ ਤੇ ਮੇਰਾ ਪੁੱਤ ਗਵਾਜ ਗਿਆ ਤੇ ਜੇ ਉਸ ਪ੍ਰਮਾਤਮਾ ਸਮਾਂ ਮੋੜ ਲਿਆਵੇ ਕਿ ਯਾਰ ਪਹਿਲੀ ਤੋਂ ਸਾਈਡ ਦੀ ਹੋ ਕੇ ਲੰਘਾਂਗੇ ਜੇ ਮੈਂ ਸਾਗ ਹੀ ਨਾ ਤੋੜਾਂ ਤੇ ਮੇਰਾ ਸਭ ਠੀਕ ਹੋ ਜੇ ਉਹ ਫੀਲ ਆ ਭਰਾ ਦਾ ਫੀਲ ਆ ਉਹ ਕਹਿੰਦਾ ਤੂੰ ਮੇਰਾ ਮਾਂ ਦਾ ਜਾਇਆ ਵਾ ਹਣਾ ਉਹ ਚੀਜ਼ਾਂ ਦੇ ਫੀਲ ਹੈ ਭਰਾ ਵਾਸਤੇ ਉਹ ਜਦੋਂ ਉਹਨੂੰ ਪੁੱਛਦੇ ਵੀ ਦੱਸ ਜਿਉਣਾ ਕਿਸ਼ਨਾ ਕਿੱਥੇ ਆ ਜਿਉਣਾ ਕਹਿੰਦਾ ਮੇਰਾ ਮਾਂ ਜਾਇਆ ਵਾ ਤੇ ਜੇ ਮੈਨੂੰ ਪਤਾ ਹੁੰਦਾ ਮੈਂ ਤਾਂ ਵੀ ਨਾ ਦੱਸਦਾ ਤੇ ਮੈਂ ਆਪਣੇ ਭਰਾ ਦੇ ਵਾਸਤੇ ਕਦੀ ਵੀ ਇਹ ਕੰਮ ਨਹੀਂ ਕਰੂੰਗਾ ਪਰ ਅੱਜ ਦਾ ਸਮਾਂ ਲੋਕ ਭੁੱਲ ਗਏ ਅੱਜ ਭਰਾ ਭਰਾ ਨੂੰ ਭੁੱਲ ਗਿਆ ਖੂਨ ਚਟੇ ਹੋ ਗਏ ਨੇ ਪਰ ਉਹ ਵੇਲੇ 'ਚ ਤੁਹਾਨੂੰ ਮਾਂ ਪੁੱਤ ਦਾ ਰਿਸ਼ਤਾ ਭਰਾ ਦਾ ਰਿਸ਼ਤਾ ਹੁਣ ਪੱਗ ਵਟਾਈ ਸੀ ਡੋਗਰ ਵੀ ਧੋਖਾ ਕਰ ਗਿਆ ਜਿਉਨੇ ਪੱਗ ਵਟਾਈ ਸੀ ਤੇ ਜਦੋਂ ਡੋਗਰ ਕਿਸਨੇ ਨੂੰ ਫੜਾਉਂਦਾ ਆ ਉਦੋਂ ਵੀ ਕਿਸ਼ਨਾ ਕਹਿੰਦਾ ਕਹਿੰਦਾ ਤੂੰ ਮੇਰੇ ਮਾਂ ਜਾਇ ਵਰਗਾ ਆ ਇਹਦਾ ਮੈਨੂੰ ਇਹ ਲੱਗਦਾ ਵਾ ਕਿ ਤੂੰ ਜਦੋਂ ਮੇਰੇ ਤੇ ਆਣ ਪਹੂਗੀ ਨਾ ਤਾਂ ਤੂੰ ਮੇਰੇ ਸਭ ਹੀ ਮੋੜ ਲੈਂਗਾ ਪਰ ਇੰਨੀ ਫੀਲ ਆ ਫਿਲਮ ਦੇ ਵਿੱਚ ਮਤਲਬ ਮਜ਼ਾ ਆਉਂਦਾ ਮਤਲਬ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਸਿੱਖਣ ਲਈ ਦੱਸਿਆ ਇਹਦੇ ਚ ਕਲਚਰ ਤੁਸੀਂ ਵੇਖੋਗੇ ਜਿਵੇਂ ਘੋੜਿਆਂ ਨਾਲ ਕੰਮ ਕੀਤਾ ਉਹ ਤਾਂ ਹੈਗਾ ਆ ਇਸ ਤੋਂ ਇਲਾਵਾ ਮੈਂ ਦੱਸਿਆ ਸੀ ਇਹਨਾਂ ਦੇ ਕੱਪੜੇ ਇਹਨਾਂ ਦੀ ਲੈਂਗੁਏਜ ਮੌਕੇ ਦਾ ਮਾਹੌਲ ਰਿਸ਼ਤੇ ਰਿਸ਼ਤੇ ਕੀ ਨੇ ਇੱਕ ਸ਼ਰੀਫ ਘਰ ਦਾ ਸਾਊ ਮੁੰਡਾ ਨਰਮ ਜੇ ਮੁੰਡਾ ਅਸਲ ਜੋ ਜੋਣਾ ਮੋੜ ਨਾ ਪੁਰਾਣੀ ਫਿਲਮ ਦੇ ਹਿਸਾਬ ਨਾਲ ਲੋਕ ਸੋਚਦੇ ਕਿ ਜੋਣਾ ਮੋੜ ڈاکੂ ਸੀ ਤੇ ਬੜਾ ਖੂਨਖਾਰ ਜਿਹਾ ਬੰਦਾ ਸੀ ਨਹੀਂ ਜੋਣਾ ਮੋੜ ਅਸਲ ਚ ਕਿ ਨਰਮ ਜਿਹਾ ਬੰਦਾ ਸੀਗਾ ਉਹ ਪਰਿਵਾਰ ਨਾਲ ਪ੍ਰੇਮ ਕਰਦਾ ਸੀ ਖੇਤੀ ਕਰਨਾ ਚਾਹੁੰਦਾ ਸੀ ਪਰ ਉਹਨੂੰ ਹਾਲਾਤ ਜਿਵੇਂ ਫਿਲਮ ਦਾ ਟ੍ਰੇਲਰ ਚ ਡਾਇਲੋਗ ਹੈ ਨਾ ਕਿ ਭਾਦੋਂ ਦਾ ਭਜਾਇਆ ਜੱਟ ਸਾਥ ਬਣਦਾ ਤੇ ਹਾਲਾਤਾਂ ਦਾ ਭਜਾਇਆ ڈاکੂ ਉਹ ਜਦੋਂ ਦੋਵੇਂ ਭਰਾ ਬੈ ਕੇ ਕਿਸ਼ਨਾ ਦੇ ਜੋਣਾ ਗੱਲ ਕਰਦੇ ਆ ਉਹ ਕਹਿੰਦਾ ਵੀ ਭਾਦੋ ਤੋਣਾ ਭੱਜੀ ਤੇ ਤੂੰ ਜੱਟ ਬਣੀ ਤੂੰ ਜ਼ਿੰਮੇਵਾਰੀ ਕਰੀ ਉਹ ਖੇਤੀਬਾੜੀ ਕਰੀ ਤੂੰ ਰੋਈਆਂ ਜਾ ਕੇ ਕੀ ਕਰਨਾ ਸੋ ਇਸ ਫਿਲਮ ਚ ਬਹੁਤ ਕੁਝ ਆ ਪਿਛਲੀ ਭੁੱਲ ਜੋਗੇ ਸਾਰਾ ਕੁਝ ਜੇ ਤੁਸੀਂ ਸਹੀ ਮਨ ਦੇ ਨਾਲ ਸਹੀ ਦਿਲੋਂ ਇਸ ਨੂੰ ਦੇਖੋਗੇ ਕਿਉਂਕਿ ਇੱਕ ਕਿਤਾਬ ਦੀ ਤਰ੍ਹਾਂ ਇੱਕ ਕਲਾਸਿਕਲ ਫਿਲਮ ਆ ਸੋ ਮੈਂ ਤੇ ਇਹੀ ਕਹਣਾ ਕਿ ਜਰੂਰ ਫਿਲਮ ਦੇਖੋ ਤੇ ਬਾਰ ਬਾਰ ਦੇਖੋ ਤੁਹਾਨੂੰ ਸਵਾਦ ਆਊਗਾ ਸੋ ਧੰਨਵਾਦ ਦੋਸਤੋ ਇਸ ਸੀ ਗਰਦੇਵ ਸਿੰਘ ਜਿਨ੍ਹਾਂ ਦੇ ਵੱਲੋਂ ਫਿਲਮ ਮੋੜ ਦੇ ਵਿੱਚ ਆਪਣਾ ਚੰਗਾ کردار ਨਿਭਾਇਆ ਗਿਆ ਜੋ ਘੋੜੀਆਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਇਹਨਾਂ ਘੋੜੀਆਂ ਨੇ ਉਸ ਫਿਲਮ ਦੇ ਵਿੱਚ ਕੰਮ ਕੀਤਾ ਮੈਂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਕੋਲ ਕਾਫੀ ਘੋੜੀਆਂ ਸਨ ਇਹਨਾਂ ਦਾ ਘੋੜੀਆਂ ਦਾ ਬਿਜ਼ਨਸ ਆ ਘੋੜੀਆਂ ਵੇਚ ਚੁੱਕੇ ਨੇ ਦੋ ਚਾਰ ਘੋੜੀਆਂ ਬਚੀਆਂ ਨੇ ਪਰ ਫਿਰ ਵੀ ਇਹ ਚੰਗਾ ਪੰਜਾਬ ਦੇ ਵਿੱਚ ਇੱਕ ਮੈਸੇਜ ਹੈ ਫਿਲਮ ਚੰਗੀ ਚੱਲ ਰਹੀ ਆ ਮੈਂ ਹੋਰ ਵੀ ਵੀਰਾਂ ਨੂੰ ਕਹਿਣਾ ਚਾਹੂੰਗਾ ਜਿਨ੍ਹਾਂ ਨੇ ਇਸ ਕਲਚਰ ਦੇ ਨਾਲ ਜੁੜਨਾ ਹੈ ਜਾਂ ਸਿੱਖਿਆ ਲੈਣੀਆਂ ਇੱਕ ਵਾਰੀ ਫਿਰ ਇਸ ਫਿਲਮ ਨੂੰ ਜਾ ਕੇ ਜ਼ਰੂਰ ਦੇਖੋ